ਜ਼ੁਲਮ ਕਰਨ ਵਾਲਾ ਆਪਣੇ ਆਪ ਹਟਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਸਿਧਾਂਤ ਬੜਾ ਸਪਸ਼ਟ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ੁਲਮ ਦੇ ਮੂਹਰੇ ਖੜੇ ਹੋ ਕੇ ਇਹ ਨਹੀਂ ਸੀ ਕਿਹਾ ਜਿਵੇਂ ਗਾਂਧੀ ਕਹਿੰਦਾ ਸੀ, ਮਨੂਵਾਦੀ ਸੋਚ ਦਾ ਮਾਲਕ ਗਾਂਧੀ ਇਹ ਗੱਲ ਕਹਿੰਦਾ ਵੀ ਜੇਕਰ ਕੋਈ ਬੰਦਾ ਸੱਚੀ ਗੱਲ ਤੇ ਚਪੇੜ ਮਾਰੇ ਤੇ ਉਹਦੇ ਮੂਹਰੇ ਖੱਬੀ ਕਰ ਦਿਓ। ਗੁਰੂ ਨਾਨਕ ਦੇ ਘਰ ਦਾ ਸਿਧਾਂਤ ਨਹੀਂ ਹੈ ਚੂ ਕਾਰ ਅਜ ਹਮਾ ਹੀਲ ਦੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹਾਂ, ਅਗਲੇ ਨੂੰ ਟਾਈਮ ਦਿਓ ਵੀ ਤੂੰ ਸੁਧਰ ਜਾ, ਬੰਦੇ ਦਾ ਪੁੱਤ ਬਣ ਜਾ, ਜੇਕਰ ਅਗਲਾ ਨਹੀਂ ਬਣਦਾ ਫਿਰ ਸਿੱਧੇ ਹੋ ਜਾਓ। ਜੇਕਰ ਉਹ ਆਪਣੇ ਜ਼ੁਲਮ ਕਰਨ ਦੀ ਆਦਤ ਨਹੀਂ ਛੱਡਦਾ ਫਿਰ ਉਹਦੇ ਮੂਹਰੇ ਖੜੇ ਹੋ ਜਾਓ। ਤੇ ਗੁਰੂ ਨਾਨਕ ਦਾ ਸਿਧਾਂਤ ਕੀ ਹੈ, ਜੈ ਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ। ਮਾਲਕ ਨੇ ਉੱਥੇ ਇਹ ਨਹੀਂ ਸੀ ਕਿਹਾ ਵੀ ਜਿਹੜਾ ਹਮਲਾਵਰ ਮੂਹਰੇ ਆ ਰਿਹਾ, ਕਿਉਂਕਿ ਬ੍ਰਾਹਮਣ ਮਨੂਵਾਦੀ ਸੋਚ ਦੇ ਮਾਲਕ ਇਹ ਹਮੇਸ਼ਾ ਮੰਨਦੇ ਸੀ ਜਿਹੜਾ ਹਮਲਾਵਰ ਆ ਰਿਹਾ ਉਹਨੇ ਹਮਲਾ ਕਰਕੇ ਲੁੱਟ ਕੇ ਲੈ ਕੇ ਜਾਣਾ ਜੀ, ਇਹ ਤਾਂ ਸਾਡੀ ਕਿਸਮਤ ਵਿੱਚ ਲਿਖਿਆ ਜੀ, ਇਹ ਸਾਡੇ ਭਾਗਾਂ ਵਿੱਚ ਲਿਖਿਆ, ਇਹ ਪੂਰੀ ਜ਼ਿੰਦਗੀ ਕੁੱਟ ਖਾਂਦੇ ਰਹੇ, ਹਜ਼ਾਰਾਂ ਸਾਲਾਂ ਤੋਂ ਕੁੱਟ ਖਾਂਦੇ ਰਹੇ। ਇਹਨਾਂ ਦੀਆਂ ਬੀਬੀਆਂ ਮਾਵਾਂ ਭੈਣਾਂ ਬੇਟੀਆਂ ਤੱਕ ਗਜਨੀ ਬਗਦਾਦ ਦੇ ਸ਼ਹਿਰਾਂ 'ਚ ਇੱਕ ਇੱਕ ਟਕੇ ਤੋਂ ਦੋ ਦੋ ਵੇਚੀਆਂ ਜਾਂਦੀਆਂ ਰਹੀਆਂ। ਲੇਕਿਨ ਇਹਨਾਂ ਦੇ ਵਿੱਚ ਕੋਈ ਸਾਹਸ ਨਹੀਂ ਸੀ। ਕਸ਼ਮੀਰ ਦੀ ਧਰਤੀ ਤੇ ਸਰਦਾਰ ਹਰੀ ਸਿੰਘ ਨਲੂਏ ਦੇ ਰਾਜ ਭਾਗ ਤੋਂ ਪਹਿਲਾਂ ਕਸ਼ਮੀਰ ਦੀ ਧਰਤੀ ਦੇ ਉੱਤੇ ਜਿਹੜਾ ਹੁਕਮ ਜਾਰੀ ਕੀਤਾ ਗਿਆ ਸੀ ਨਾ ਕਿ ਜਦੋਂ ਕਿਸੇ ਮੁਸਲਮਾਨ ਨੇ ਥੁੱਕਣਾ ਵੀ ਹੋਵੇ ਤੇ ਉਹ ਹਿੰਦੁਸਤਾਨੀ ਕਿਸੇ ਵੀ ਬੰਦੇ ਨੂੰ ਪਕੜ ਕੇ ਕਹਿ ਸਕਦਾ ਵੀ ਆਪਣਾ ਡਸਟਬੀਨ ਖੋਲ ਮੈਂ ਉਹਦੇ ਵਿੱਚ ਥੁੱਕਣਾ ਤੇ ਮੂੰਹ ਦੇ ਵਿੱਚ ਅਗਲੇ ਥੁੱਕਿਆ ਕਰਦੇ ਸੀ। ਜਦੋਂ ਕਿਸੇ ਮੁਸਲਮਾਨ ਨੇ ਅਸਵਾਰੀ ਕਰਨੀ ਹੋਵੇ ਤੈਨੂੰ ਘੋੜੇ ਦੀ ਜ਼ਰੂਰਤ ਨਹੀਂ, ਹਿੰਦੁਸਤਾਨ ਦੇ ਕਿਸੇ ਵੀ ਬ੍ਰਾਹਮਣ ਪੰਡਿਤ ਹਿੰਦੂ ਨੂੰ ਪਕੜ ਲਓ ਤੇ ਉਹਨੂੰ ਕਹੋ ਵੀ ਹੋ ਮੂਧਾ ਤੇਰੇ ਉੱਤੇ ਘੋੜੇ ਦੀ ਤਰ੍ਹਾਂ ਅਸਵਾਰੀ ਕਰਕੇ ਮੈਂ ਜਾਣਾ। ਸਭ ਤੋਂ ਪਹਿਲਾਂ ਆਵਾਜ਼ ਕਿਹਨੇ ਬੁਲੰਦ ਕੀਤੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਕਹਿਤਾ ਸੀ। ਬਾਬਰ ਜਿਹੜਾ ਕਾਬਲ ਤੋਂ ਆਪਣੀਆਂ ਫੌਜਾਂ ਲੈ ਕੇ ਆਇਆ, ਜਿਹਨੇ ਐਮਨਾਬਾਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਵੀ ਪ੍ਰਵਾਨ ਨਹੀਂ ਕੀਤਾ, ਸਗੋਂ ਬਾਬਰ ਦਾ ਜਾਬਰ ਕਹਿ ਕੇ ਮੁਕਾਬਲਾ ਕੀਤਾ। ਭਾਵੇਂ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਕੱਟਣੀ ਪਈ ਤੇ ਭਾਵੇਂ ਗੁਰੂ ਨਾਨਕ ਮਹਾਰਾਜ ਨੂੰ ਚੱਕੀਆਂ ਤੱਕ ਪੀਣੀਆਂ ਪਈਆਂ ਸੀ, ਭਾਵੇਂ ਕਿ ਅੱਜ ਇਹ ਲੋਕ ਇਹ ਗੱਲ ਭੁੱਲ ਚੁੱਕੇ ਨੇ। ਮੈਨੂੰ ਇਹ ਗੱਲ ਚੇਤੇ ਆ ਗਈ, ਬੜੌਦਾ ਦੇ ਇੱਕ ਸਮਾਗਮ ਦੇ ਵਿੱਚ ਗਾਂਧੀ ਬੋਲਿਆ, ਕਿਉਂਕਿ ਵਿਸ਼ਾ ਅੱਜ ਸਾਰਾ ਸਿੱਖ ਸੰਘਰਸ਼ ਦਾ ਹੈ ਤੇ ਜਿਸ ਆਧਾਰ ਤੇ ਅੱਜ ਅਸੀਂ ਵਿਚਾਰ ਕਰ ਰਹੇ ਹਾਂ, ਕੁਦਰਤੀ ਗੱਲ ਹੈ ਕਿ ਅੱਜ ਦੇ ਦੀਵਾਨ ਦੇ ਵਿੱਚ ਚੜ੍ਹਦੀ ਕਲਾ ਦੇ ਬੋਲਬਾਲੇ ਹੀ ਹੋਣੇ ਚਾਹੀਦੇ ਨੇ। ਗੁਰਮਤ ਦਾ ਇੱਕ ਪੱਖ ਆ ਵੀ ਹੈ, ਗੁਰਮਤ ਨੇ ਸਾਨੂੰ ਇਹ ਨਹੀਂ ਕਿਹਾ ਵੀ ਘਰ ਵਿੱਚ ਬੈਠ ਕੇ ਮਾਲਾ ਹੀ ਫੇਰੀ ਜਾਓ। ਗੁਰਮਤ ਨੇ ਸਾਨੂੰ ਕਿਹਾ ਤਲਵਾਰ ਚੱਕੋ, ਆਪਣੀ ਰੱਖਿਆ ਕਰੋ, ਜ਼ੁਲਮ ਦੇ ਖਿਲਾਫ ਲੜੋ। ਲੇਕਿਨ ਹਾਲਾਤ ਥੋੜੇ ਜਿਹੇ ਹੁਣ ਬਦਲਦੇ ਜਾ ਰਹੇ ਨੇ, ਸਿੱਖਾਂ ਦੀਆਂ ਤਲਵਾਰਾਂ ਲੱਥਦੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਤਰਸ਼ੂਲ ਵੱਡੇ ਹੁੰਦੇ ਜਾ ਰਹੇ ਨੇ, ਉਹ ਤਰਸ਼ੂਲ ਵੰਡ ਰਹੇ ਨੇ, ਸਿੱਖ ਆਪਣੀਆਂ ਜਿਹੜੀਆਂ ਕਿਰਪਾਨਾਂ ਨੇ ਉਹ ਲਾਈ ਜਾ ਰਹੇ ਤੇ ਸੋਚ ਰਹੇ ਨੇ ਵੀ ਸਾਨੂੰ ਕਿਰਪਾਨਾਂ ਦੀ ਜ਼ਰੂਰਤ ਨਹੀਂ। ਯਾਦ ਰੱਖਿਓ, ਜ਼ੁਲਮ ਕਰਨ ਵਾਲਾ ਬੰਦਾ ਤਾਂ ਮਾੜਾ ਹੈ ਹੀ ਹੈ, ਜ਼ੁਲਮ ਸਹਿਣ ਵਾਲਾ ਵੀ ਬੰਦਾ ਮਾੜਾ ਹੈ। ਕੋਈ ਟਾਈਮ ਹੁੰਦਾ ਸੀ ਸਿੱਖ ਨਾ ਜ਼ੁਲਮ ਕਰਦੇ ਸੀ ਨਾ ਜ਼ੁਲਮ ਸਹਿੰਦੇ ਸੀ, ਅੱਜ ਸਾਡੀਆਂ ਪੱਗਾਂ ਲੱਥ ਰਹੀਆਂ ਨੇ। ਉਹਦੀ ਵਜ੍ਹਾ ਪਤਾ ਕੀ? ਕਿਉਂਕਿ ਸਾਡੇ ਕੋਲ ਹਥਿਆਰ ਨਹੀਂ, ਸਾਡੇ ਕੋਲ ਤਾਕਤ ਨਹੀਂ ਰਹੀ, ਇਸ ਕਰਕੇ ਅਗਲਾ ਪੱਗਾਂ ਲਾ ਰਿਹਾ। ਬੜੌਦੇ ਦੇ ਇੱਕ ਸਮਾਗਮ ਵਿੱਚ ਗਾਂਧੀ ਬੋਲਿਆ ਤੇ ਗਾਂਧੀ ਨੇ ਗੱਲ ਕਰਦਿਆਂ ਕਰਦਿਆਂ ਦੇਸ਼ ਭਗਤਾਂ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰ ਦਿੱਤੀ। ਬੜੀ ਫੇਮਸ ਹੋਈ, ਆਪ ਸਾਰੇ ਜਾਣਦੇ ਹੋ, ਕਿਉਂਕਿ ਇਸ ਵਿਸ਼ੇ ਦੇ ਆਧਾਰ ਤੇ ਮੈਨੂੰ ਕਰਨੀ ਜ਼ਰੂਰੀ ਸੀ ਇਹ ਗੱਲ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਭੁੱਲੜ ਦੇਸ਼ ਭਗਤ ਹੋਏ ਨੇ, ਕਿਉਂਕਿ ਉਹਨਾਂ ਨੇ ਮਾਲਾ ਦੀ ਜਗ੍ਹਾ ਤੇ ਰਾਮ ਨਾਮ ਜਪਣ ਦੀ ਜਗ੍ਹਾ ਤੇ ਤਲਵਾਰ ਪਕੜ ਲਈ ਤੇ ਆਪਣੇ ਸਿੱਖਾਂ ਨੂੰ ਤਲਵਾਰ ਫੜਾ ਦਿੱਤੀ।
ਉਸ ਟਾਈਮ ਦੀਆਂ ਅਖਬਾਰਾਂ ਵਿੱਚ ਇਹਦੀ ਬੜੀ ਚਰਚਾ ਰਹੀ। ਕੁਦਰਤੀ ਤੌਰ ਤੇ ਸਾਡੀ ਕੌਮ ਦੇ ਵਿੱਚ ਇੱਕ ਬਹਾਦਰ ਜਰਨੈਲ ਲੇਖਕ ਸੀ, ਪ੍ਰਿੰਸੀਪਲ ਗੰਗਾ ਸਿੰਘ, ਬੜਾ ਨਾਮਵਰ ਇਹ ਲੇਖਕ ਹੋਇਆ। ਉਹਦੇ ਕੰਨਾਂ ਵਿੱਚ ਜਦੋਂ ਇਹ ਆਵਾਜ਼ ਪਈ ਤੇ ਸਾਬਰਮਤੀ ਜਿੱਥੇ ਇਹਦਾ ਆਸ਼ਰਮ ਸੀ ਨਹਿਰੂ ਗਾਂਧੀ ਦਾ, ਤੇ ਗਾਂਧੀ ਦੇ ਆਸ਼ਰਮ ਵਿੱਚ ਸਿੱਧਾ ਚਲਾ ਗਿਆ। ਗਾਂਧੀ ਨੂੰ ਜਦੋਂ ਜਾ ਕੇ ਮਿਲਿਆ, ਗਾਂਧੀ ਨੇ ਕਿਹਾ ਮੈਂ ਵਿਚਾਰ ਨਹੀਂ ਕਰਨੀ, ਮੈਂ ਕੋਈ ਬਹਿਸ ਨਹੀਂ ਕਰਨੀ। ਗੰਗਾ ਸਿੰਘ ਜੀ ਅੱਗੋਂ ਕਹਿਣ ਲੱਗੇ, ਜੇ ਬਹਿਸ ਨਹੀਂ ਸੀ ਕਰਨੀ ਤੇ ਫਿਰ ਪੰਗਾ ਕਿਉਂ ਲਿਆ? ਬਹਿਸ ਤਾਂ ਕਰਨੀ ਪੈਣੀ, ਜੇ ਬਹਿਸ ਨਹੀਂ ਸੀ ਕਰਨੀ ਪੰਗਾ ਕਿਉਂ ਲਿਆ? ਬਹਿਸ ਨਹੀਂ ਸੀ ਕਰਨੀ ਤੇ ਭੁੱਲੜ ਦੇਸ਼ ਭਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਵਾਲਾ ਤੂੰ ਕੌਣ ਹੁੰਦਾ? ਆਖਿਰਕਾਰ ਗਾਂਧੀ ਮੰਨ ਗਿਆ ਵੀ ਮੈਂ ਵਿਚਾਰ ਕਰਨ ਨੂੰ ਤਿਆਰ ਹਾਂ। ਜਦੋਂ ਗਾਂਧੀ ਮੰਨ ਗਿਆ ਨਾ, ਤੇ ਇੱਕ ਸਵਾਲ ਉਹਨਾਂ ਨੇ ਕੀਤਾ, ਕਹਿੰਦੇ ਤੁਸੀਂ ਗੀਤਾ ਨੂੰ ਮਾਂ ਮੰਨਦੇ ਹੋ? ਤੇ ਗਾਂਧੀ ਮੰਨਦਾ ਸੀ ਵੀ ਗੀਤਾ ਸਾਡੀ ਮਾਂ ਹੈ, ਹਰ ਇੱਕ ਪ੍ਰੋਗਰਾਮ 'ਚ ਕਹਿੰਦਾ ਸੀ ਗੀਤਾ ਮੇਰੀ ਮਾਂ, ਤੇ ਗੀਤਾ ਕਰਮਾਂ ਦੇ ਆਧਾਰ ਤੇ ਫੈਸਲਾ ਕਰਦੀ ਵੀ ਕਰਮ ਕਰੀ ਜਾਓ ਫਲ ਕੀ ਇੱਛਾ ਨਾ ਰੱਖੋ। ਇਹ ਗੁਰਮਤ ਦਾ ਸਿਧਾਂਤ ਨਹੀਂ ਜੇ, ਇਹ ਹਿੰਦੂਵਾਦੀ ਸੋਚ ਹੈ। ਕਰਮ ਕਰੀ ਜਾਓ ਫਲ ਕੀ ਇੱਛਾ ਨਾ ਰੱਖੋ। ਗੁਰਮਤ ਕਹਿੰਦੀ ਆਪਣੀ ਕਿਸਮਤ ਖੁਦ ਬਣਾ, ਕਰਮ ਖੁਦ ਬਣਾ। ਸਿੱਖਾਂ ਨੇ ਰਾਜ ਭਾਗ ਤਲਵਾਰ ਦੇ ਜ਼ੋਰ ਤੇ ਲਿਆ ਸੀ, ਇਹ ਨਹੀਂ ਸੀ ਘਰ ਬਹਿ ਕੇ ਲੈ ਲਿਆ ਸੀ ਵੀ ਆਪਣੇ ਆਪ ਰਾਜ ਭਾਗ ਸਾਡੀ ਝੋਲੀ 'ਚ ਆ ਜਾਣਾ। ਲੱਖਾਂ ਕੁਰਬਾਨੀਆਂ ਦੇ ਕੇ ਰਾਜ ਭਾਗ ਲਿਆ। ਗਾਂਧੀ ਨੂੰ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿਣ ਲੱਗੇ ਤੁਸੀਂ ਗੀਤਾ ਨੂੰ ਮਾਂ ਮੰਨਦੇ ਹੋ? ਕਹਿੰਦਾ ਹਾਂ। ਤੇ ਤੁਹਾਨੂੰ ਪਤਾ ਗੀਤਾ ਕਿੱਥੇ ਉਚਾਰਨ ਕੀਤੀ ਗਈ? ਹੁਣ ਗੱਲ ਪਕੜਿਓ, ਸਾਨੂੰ ਸਵਾਲ ਕਰਨ ਦਾ ਵੀ ਚੱਜ ਹੋਣਾ ਚਾਹੀਦਾ, ਤਾਕਤ ਹੋਣੀ ਚਾਹੀਦੀ ਅਗਲੇ ਦੇ ਸਾਹਮਣੇ। ਕਹਿੰਦੇ ਤੁਹਾਨੂੰ ਪਤਾ ਗੀਤਾ ਕਿੱਥੇ ਉਚਾਰਨ ਕੀਤੀ ਗਈ? ਗਾਂਧੀ ਕਹਿੰਦਾ ਹਾਂ, ਮਹਾਂਭਾਰਤ ਦੇ ਯੁੱਧ ਦੇ ਵਿੱਚ। ਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿਣ ਲੱਗੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਵੀ ਜੇ ਗੀਤਾ ਨਾ ਉਚਾਰੀ ਜਾਂਦੀ ਤੇ ਕਰੋੜਾਂ ਲੋਕਾਂ ਦਾ ਕਤਲੇਆਮ ਨਹੀਂ ਸੀ ਹੋਣਾ। ਮਹਾਂਭਾਰਤ ਦੀ ਧਰਤੀ ਤੇ ਗੀਤਾ ਨਾ ਉਚਾਰੀ ਜਾਂਦੀ ਕਿਉਂਕਿ ਅਰਜਨ ਹਥਿਆਰ ਸੁੱਟ ਬੈਠਾ ਸੀ। ਕ੍ਰਿਸ਼ਨ ਨੇ ਰਥਵਾਹ ਬਣ ਕੇ ਉੱਥੇ ਇਹ ਗੱਲ ਕਹੀ ਸੀ, ਰਥਵਾਨ ਬਣ ਕੇ ਉਹਦਾ ਅਰਜਨ ਦਾ, ਕਿ ਤੇਰੇ ਸਾਹਮਣੇ ਜਿੰਨੇ ਖੜੇ ਨੇ ਇਹ ਪਾਪੀ ਨੇ, ਲੁਟੇਰੇ ਨੇ, ਚੋਰ ਨੇ, ਕਾਤਲ ਨੇ, ਇਹ ਸਰੀਰ ਦੇ ਉੱਤੇ ਫੋੜੇ ਦੇ ਨਿਆਈ ਨੇ, ਤੇਰੇ ਭਰਾ ਨੀ, ਇਹਨਾਂ ਨੂੰ ਮਾਰ ਦੇ, ਕੁੱਟ ਦੇ, ਲੁੱਟ ਦੇ, ਗਰਦਨਾਂ ਲਾ ਦੇ। ਤੇ ਅਰਜਨ ਨੇ ਕਿਹਾ ਸੀ ਕਿਉਂ? ਉਹ ਮੇਰੇ ਕੋਲੋਂ ਮੇਰੇ ਭਰਾਵਾਂ ਦਾ ਕਤਲ ਕਰਾਉਣ ਲੱਗਾ, ਤੇ ਉਹਨੇ ਆਪਣੀ ਫਿਲਾਸਫੀ ਦੇ ਰਾਹੀਂ ਉਹਨੂੰ ਕਹਿ ਦਿੱਤਾ ਸੀ ਨਹੀਂ, ਇਹ ਅਸਲ ਦੇ ਵਿੱਚ ਸਰੀਰ ਤੇ ਲੱਗੇ ਹੋਏ ਫੋੜੇ ਨੇ, ਇਹਨਾਂ ਨੂੰ ਕੱਟਣਾ ਪੈਣਾ। ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਜੇ ਗੀਤਾ ਨਾ ਉਚਾਰੀ ਜਾਂਦੀ, ਕ੍ਰਿਸ਼ਨ ਹੱਥ ਵਿੱਚ ਤਲਵਾਰ ਦੁਬਾਰਾ ਨਾ ਫੜਦਾ, ਮਾਫ਼ ਕਰਿਓ, ਅਰਜਨ ਹੱਥ ਵਿੱਚ ਤਲਵਾਰ ਦੁਬਾਰਾ ਨਾ ਫੜਦਾ, ਜੇ ਕ੍ਰਿਸ਼ਨ ਉਹਨਾਂ ਨੂੰ ਪੁੱਠੀ ਚੁੱਕਣਾ ਨਾ ਦਿੰਦਾ ਤੇ ਕਰੋੜਾਂ ਲੋਕਾਂ ਦਾ ਕਤਲ ਨਹੀਂ ਸੀ ਹੋਣਾ, ਮਹਾਂਭਾਰਤ ਦੀ ਜੰਗ ਨਹੀਂ ਸੀ ਹੋਣੀ। ਜਦੋਂ ਮੂਹਰੇ ਦਲੀਲ ਰੱਖੀ ਗਈ ਤੇ ਗਾਂਧੀ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਗਾਂਧੀ ਬੜਾ ਸਮਝਦਾਰ ਸਮਝਦਾ ਸੀ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਜਦੋਂ ਇਹ ਸਵਾਲ ਕੀਤਾ ਤੇ ਗਾਂਧੀ ਦਾ ਅੱਗੋਂ ਜਵਾਬ ਪਤਾ ਕੀ ਸੀ? ਉਹ ਕਹਿੰਦਾ ਨਹੀਂ ਜੀ, ਇਹ ਤਾਂ ਜੰਗ ਹੋਈ ਨਹੀਂ, ਅੰਦਰ ਦੀ ਗੱਲ ਹੈ। ਹੁਣ ਪ੍ਰਿੰਸੀਪਲ ਗੰਗਾ ਸਿੰਘ ਜੀ ਦੂਜੇ ਪਾਸੇ ਹੋ ਗਏ, ਕਹਿੰਦੇ ਜੇ ਜੰਗ ਨਹੀਂ ਹੋਈ ਅੰਦਰ ਦੀ ਗੱਲ ਹੈ ਤੇ ਗੀਤਾ ਵੀ ਅੰਦਰ ਦੀ ਗੱਲ ਹੈ, ਜੇ ਗੀਤਾ ਅੰਦਰ ਦੀ ਗੱਲ ਹੈ ਫਿਰ ਕ੍ਰਿਸ਼ਨ ਭਗਵਾਨ ਕਿੱਥੋਂ ਹੋ ਗਿਆ? ਉਹ ਵੀ ਅੰਦਰ ਦੀ ਗੱਲ ਹੈ, ਤੇ ਜੇ ਕੋਈ ਹੋਇਆ ਨਹੀਂ ਤੇ ਫਿਰ ਉਹਨਾਂ ਨੂੰ ਪੂਜਦੇ ਕਿਉਂ? ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਜਦੋਂ ਇਹ ਸਵਾਲ ਕੀਤਾ ਤੇ ਗਾਂਧੀ ਦੇ ਕੋਲ ਕੋਈ ਜਵਾਬ ਨਹੀਂ ਸੀ, ਲੇਕਿਨ ਉਹਨਾਂ ਨੇ ਜਾਂਦਿਆਂ ਜਾਂਦਿਆਂ ਇੱਕ ਗੱਲ ਕਹਿ ਦਿੱਤੀ ਸੀ, ਗਾਂਧੀ ਜੀ ਤੁਸੀਂ ਰਾਮ ਦੇ ਹੱਥ ਵਿੱਚ ਧਨੁਸ਼ ਦੇਖ ਸਕਦੇ ਹੋ, ਸ਼ਿਵਜੀ ਦੇ ਹੱਥ ਵਿੱਚ ਤਰਸ਼ੂਲ ਵੇਖ ਸਕਦੇ ਹੋ, ਕ੍ਰਿਸ਼ਨ ਦੇ ਹੱਥ ਵਿੱਚ ਸੁਦਰਸ਼ਨ ਚੱਕਰ ਵੇਖ ਸਕਦੇ ਹੋ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਤਲਵਾਰ ਤੁਹਾਨੂੰ ਚੰਗੀ ਨਹੀਂ ਲੱਗਦੀ, ਕਿਉਂ? ਵਜ੍ਹਾ ਕੀ? ਕਿਉਂਕਿ ਰਾਮ ਧਨੁਸ਼ ਚੱਕਦਾ ਚੰਗਾ ਹੈ, ਕ੍ਰਿਸ਼ਨ ਜਿਹੜਾ ਸੁਦਰਸ਼ਨ ਚੱਕਰ ਚਲਾਉਂਦਾ ਹੋਇਆ ਚੰਗਾ ਹੈ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵਾਰ ਚਲਾਉਂਦੇ ਹੋਏ ਤੁਹਾਨੂੰ ਕਦੇ ਚੰਗੇ ਨਹੀਂ ਲੱਗਣਗੇ। ਪਰ ਤੁਸੀਂ ਕਦੇ ਸੋਚਿਆ ਵੀ ਸੱਚੇ ਪਾਤਸ਼ਾਹ ਨੇ ਤਲਵਾਰ ਚੱਕੀ ਕਾਹਦੇ ਵਾਸਤੇ? ਤੁਹਾਡੇ ਵਰਗੇ ਲੋਕਾਂ ਨੂੰ ਬਚਾਉਣ ਵਾਸਤੇ। ਸਿੱਖਾਂ ਨੂੰ ਕਾਹਦਾ ਖਤਰਾ ਸੀ? ਸਿੱਖਾਂ ਨੇ ਜੇਕਰ ਕੋਈ ਪੰਗਾ ਲਿਆ ਤੇ ਕੇਵਲ ਇਹਨਾਂ ਲੋਕਾਂ ਦੀ ਖਾਤਰ, ਨਹੀਂ ਤੇ ਸਿੱਖਾਂ ਦੇ ਨਾਲ ਉਹਨਾਂ ਦਾ ਕੋਈ ਪੰਗਾ ਨਹੀਂ ਸੀ, ਕੋਈ ਪ੍ਰੋਬਲਮ ਨਹੀਂ ਸੀ।
ਸਿੱਖਾਂ ਨੇ ਜਦੋਂ ਉਹਨਾਂ ਉੱਤੇ ਹਮਲੇ ਕੀਤੇ, ਅੱਜ ਇਹ ਲੋਕ ਪਤਾ ਕੀ ਕਹਿ ਦਿੰਦੇ ਨੇ, ਸਿੱਖਾਂ ਦੇ 12 ਵੱਜ ਗਏ। ਨੋਰਮਲ ਗੱਲ ਹੁੰਦੀ ਹੈ, ਸਾਡੇ ਨਾਲ ਵੀ ਕਈ ਵਾਰ ਭਾਣੇ ਵਾਪਰਦੇ ਨੇ, ਪਰ ਇਹਨਾਂ ਕੰਬਖਤਾਂ ਨੂੰ ਸ਼ਾਇਦ ਇਹ ਯਾਦ ਨਹੀਂ ਭੁੱਲ ਗਏ ਨੇ ਵੀ ਜੇ ਸਿੱਖਾਂ ਦੇ 12 ਨਾ ਨਾ ਵੱਜਦੇ ਹੁੰਦੇ ਤੇ ਅੱਜ ਤੁਸੀਂ ਵੀ ਨਹੀਂ ਸੀ ਹੋਣਾ, ਤੁਹਾਡੀਆਂ ਨਸਲਾਂ ਤੱਕ ਵੀ ਨਹੀਂ ਸੀ ਹੋਣੀਆਂ। ਇਹ ਸਿੱਖਾਂ ਦੇ 12 ਵੱਜਦੇ ਰਹੇ ਤੇ ਤੁਸੀਂ ਵੱਜਦੇ ਰਹੇ। ਯਾਦ ਰੱਖੋ, ਇੱਕ ਟਾਈਮ ਆਇਆ, ਭਾਵੇਂ ਕਿ ਗਾਂਧੀ ਨੇ ਬਾਅਦ ਵਿੱਚ ਮਾਫ਼ੀ ਮੰਗ ਲਈ ਵੀ ਮੇਰੇ ਕੋਲ ਬੜੀ ਵੱਡੀ ਗਲਤੀ ਹੋਈ, ਲੇਕਿਨ ਇਹ ਗੰਦੀ ਸੋਚ ਦੇ ਮਾਲਕ ਨੇ 1947 ਦੇ ਵਕਤ, ਕਿਉਂਕਿ ਜੋ ਸਾਡੇ ਨਾਲ ਭਾਣਾ ਵਾਪਰਿਆ ਉਹਦੇ 'ਤੇ ਇੱਕ ਨਿੱਕੀ ਜਿਹੀ ਝਾਤ ਮਾਰਨੀ ਜ਼ਰੂਰੀ ਹੁੰਦੀ ਹੈ। ਮੈਂ ਇਹ ਨਹੀਂ ਕਹਿੰਦਾ ਸਾਡੀ ਕੌਮ ਚੜ੍ਹਦੀ ਕਲਾ ਵਾਲੀ ਨਹੀਂ ਅਤੇ ਸਾਡੀ ਕੌਮ ਵਿੱਚ ਸੂਝਵਾਨ ਵੀਰ ਨਹੀਂ, ਬਹੁਤ ਨੇ, ਪਰ ਮੈਂ ਤਾਂ ਬਹੁਤ ਛੋਟੀ ਉਮਰ ਦਾ, ਜਿੰਨਾ ਕੋਈ ਇਤਿਹਾਸ ਖੋਜਿਆ, ਵੇਖਿਆ, ਪੜ੍ਹਿਆ, ਉਹਦੇ ਮੁਤਾਬਕ ਕਿਤੇ ਨਾ ਕਿਤੇ ਸਾਡੇ ਲੋਕਾਂ ਕੋਲ ਗਲਤੀਆਂ ਬਹੁਤ ਵੱਡੀਆਂ ਹੋਈਆਂ ਨੇ। ਜਦੋਂ ਲੰਡਨ ਦੇ ਵਿੱਚ ਗੋਲ ਮੇਜ ਕਾਨਫਰੰਸ ਬੁਲਾਈ ਗਈ, ਨਹਿਰੂ ਗਿਆ ਹਿੰਦੂਆਂ ਵੱਲੋਂ, ਜਿਨਾਹ ਗਿਆ ਮੁਸਲਮਾਨਾਂ ਵੱਲੋਂ, ਤੇ ਬਲਦੇਵ ਸਿੰਘ ਗਿਆ ਸਿੱਖਾਂ ਦੇ ਵੱਲੋਂ। ਬਲਦੇਵ ਸਿੰਘ ਨੂੰ ਭੇਜਣਾ ਹੀ ਨਹੀਂ ਸੀ ਚਾਹੀਦਾ ਕਿਉਂਕਿ ਕਮਜ਼ੋਰ ਦਿਲ ਵਾਲਾ ਬੰਦਾ ਸੀ। ਜਦੋਂ ਜਿਨਾਹ ਨੂੰ ਪਾਕਿਸਤਾਨ ਦੀ ਗ੍ਰਾਂਟ ਮਿਲ ਗਈ ਵੀ ਲਓ ਤੇਰਾ ਪਾਕਿਸਤਾਨ, ਇਹਨੇ ਕਹਿਤਾ ਸਾਨੂੰ ਹਿੰਦੁਸਤਾਨ ਚਾਹੀਦਾ, ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ, ਠੀਕ ਹੈ ਹਿੰਦੁਸਤਾਨ। ਤੇ ਜਦੋਂ ਬਲਦੇਵ ਸਿੰਘ ਦੀ ਵਾਰੀ ਆਈ ਤੇ ਮੂੰਹ ਦੇ ਵਿੱਚ ਇਹ ਮਖਾਣੇ ਪਾ ਕੇ ਬਹਿ ਗਿਆ, ਬੋਲਿਆ ਨਹੀਂ। ਜਦੋਂ ਦੋਨਾਂ ਨੂੰ ਪਾਕਿਸਤਾਨ ਤੇ ਹਿੰਦੁਸਤਾਨ ਮਿਲ ਗਿਆ, ਜਿਹੜੇ ਟਾਈਮ ਉਹਨਾਂ ਨੇ ਅਗਲੇ ਦਿਨ ਜਾਣਾ ਸੀ ਨਾ, ਬਲਦੇਵ ਸਿੰਘ ਨੂੰ ਅੰਗਰੇਜ਼ਾਂ ਨੇ ਰੋਕ ਲਿਆ ਸੀ ਵੀ ਤੂੰ ਜਹਾਜ਼ ਨਾ ਚੜੀ, ਅਸੀਂ ਤੇਰੇ ਨਾਲ ਕੋਈ ਵਿਚਾਰ ਕਰਨੀ ਚਾਹੁੰਦੇ ਹਾਂ, ਕਿਉਂਕਿ 93% ਤੁਸੀਂ ਕੁਰਬਾਨੀਆਂ ਦਿੱਤੀਆਂ ਨੇ। ਇਹਨਾਂ ਲੋਕਾਂ ਨੇ ਕੀ ਕੀਤਾ, ਇਹ ਘਰ ਬਹਿ ਕੇ ਬਸ ਮਾਲਾ ਹੀ ਫੇਰਦੇ ਰਹੇ ਨੇ, ਕੁਛ ਕੀਤਾ ਨਹੀਂ ਇਹਨਾਂ ਨੇ। ਇਹ ਵੇਦ ਮੰਤਰ ਸ਼ਾਸਤਰ ਪੜ੍ਹਨ ਵਾਲੇ ਲੋਕ ਨੇ, ਕੋਈ ਕੁਰਬਾਨੀਆਂ ਨਹੀਂ ਇਹਨਾਂ ਦੀਆਂ। ਆਹ ਜਿਹੜੇ ਸ਼ਿਵ ਸੈਨਾ ਵਾਲੇ ਬੋਧੀਆਂ ਦੀਆਂ ਕੱਢ ਕੇ ਭੱਜੇ ਫਿਰਦੇ ਰਹਿੰਦੇ ਨੇ, ਕਦੇ ਇਹਨਾਂ ਦੀ ਬੈਕਗ੍ਰਾਉਂਡ ਪੜ੍ਹ ਕੇ ਵੇਖ ਲਓ ਕੋਈ ਕੁਰਬਾਨੀ ਹੈ ਇਹਨਾਂ ਲੋਕਾਂ ਦੀ, ਜਿਹੜੇ ਲੋਕ ਇਹਨੇ ਭੁੜਕੜੇ ਨੇ, ਕੋਈ ਕੁਰਬਾਨੀ ਨਹੀਂ। ਬਾਲ ਠਾਕਰੇ ਦੀ ਕਿਹੜੀ ਕੁਰਬਾਨੀ ਸੀ, ਕੋਈ ਕੁਰਬਾਨੀ, ਜਿਹਨੇ ਆ ਸ਼ਿਵ ਸੈਨਾ ਦੇ ਰੂਪ ਦੇ ਵਿੱਚ ਇੱਕ ਅੱਤਵਾਦ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ। ਸਿੱਖ ਕਦੇ ਦੂਜੇ ਦੇ ਧਰਮ ਦੇ ਵਿੱਚ ਇੰਟਰਸਟ ਨਹੀਂ ਲੈਂਦਾ, ਕੋਈ ਕੀ ਮੰਦਰ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਿਹੜੀਆਂ ਫਿਲਮਾਂ ਬਣਾ ਰਹੀਆਂ ਨੇ ਕਿਹੜੇ ਨਹੀਂ ਬਣਾ ਰਹੇ, ਕੋਈ ਮਤਲਬ ਨਹੀਂ। ਲੇਕਿਨ ਇਹ ਲੋਕ, ਬੋਧੀਧਾਰੀ ਲੋਕ, ਸਾਡੇ ਧਰਮ ਦੇ ਵਿੱਚ ਆ ਕੇ ਵਿਰੋਧਤਾ ਖੜੀ ਕਰ ਦਿੰਦੇ ਨੇ। ਸਾਡੀ ਕੌਮ ਕੋਈ ਫਿਲਮ ਬਣਾਉਂਦੀ ਹੈ ਆਪਣੇ ਯੋਧਿਆਂ ਉੱਤੇ ਤਾਂ ਇਹ ਖੜੇ ਹੋ ਜਾਂਦੇ ਨੇ ਵੀ ਤੁਸੀਂ ਕਿਉਂ ਬਣਾ ਰਹੇ ਹੋ। ਪਿਛਲੇ ਦਿਨੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਉਹ ਫਿਲਮ ਵੀ ਰੋਕੀ ਗਈ ਜਿਹੜੀ ਸਿੱਖ ਯੋਧਿਆਂ ਦੇ ਸੰਬੰਧ ਵਿੱਚ ਬਣ ਰਹੀ ਸੀ। ਜਦੋਂ ਕੋਈ ਸਾਡਾ ਇਤਿਹਾਸ ਲਿਖਿਆ ਜਾਂਦਾ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਹੈ। ਦਰਬਾਰ ਸਾਹਿਬ ਦੀ ਪਾਵਨ ਧਰਤੀ 'ਤੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਦੀ ਯਾਦਗਾਰ ਬਣਾਉਣ ਦੀ ਗੱਲ ਆਈ ਅਤੇ ਤਾਂ ਇਹਨਾਂ ਦੇ ਢਿੱਡਾਂ ਦੇ ਵਿੱਚ ਪੀੜ ਹੋਈ। ਇਹ ਸਾਨੂੰ ਸਮਝ ਲੈਣਾ ਚਾਹੀਦਾ, ਗੁਲਾਮੀ ਦੀ ਨਿਸ਼ਾਨੀ ਹੈ। ਗੁਲਾਮ ਬੰਦਾ ਜਿਹੜਾ ਹੁੰਦਾ ਹੈ, ਮਰਜ਼ੀ ਮੁਤਾਬਕ ਖਾ ਨਹੀਂ ਸਕਦਾ, ਮਰਜ਼ੀ ਮੁਤਾਬਕ ਪਹਿਨ ਨਹੀਂ ਸਕਦਾ, ਮਰਜ਼ੀ ਮੁਤਾਬਕ ਸੌ ਨਹੀਂ ਸਕਦਾ, ਮਰਜ਼ੀ ਮੁਤਾਬਕ ਬੋਲ ਨਹੀਂ ਸਕਦਾ। ਕਿਉਂ? ਕਿਉਂਕਿ ਉਹ ਗੁਲਾਮ ਹੈ, ਗੁਲਾਮ ਦੀ ਨਿਸ਼ਾਨੀ ਹੈ। ਆਜ਼ਾਦ ਬੰਦੇ ਦੀ ਇਹ ਨਿਸ਼ਾਨੀ ਹੈ, ਜੋ ਮਰਜ਼ੀ ਕਰ ਦਿਓ, ਅਸੀਂ ਗੁਲਾਮ ਹਾਂ। ਸਾਨੂੰ ਬਾਰ ਬਾਰ ਅਹਿਸਾਸ ਦਵਾਇਆ ਜਾਂਦਾ। ਯਾਦ ਰੱਖਿਓ, ਜਿਹਨੂੰ ਇਹ ਮਹਾਤਮਾ ਗਾਂਧੀ ਕਹਿੰਦੇ ਨੇ, ਰਾਸ਼ਟਰਪਿਤਾ ਕਹਿੰਦੇ ਨੇ, ਦੁਨੀਆ ਭਰ ਦੇ ਵਿੱਚ ਉਹਦੇ ਤੋਂ ਕਮੀਨਾ ਤੇ ਝੂਠਾ ਬੰਦਾ ਤੁਹਾਨੂੰ ਨਹੀਂ ਮਿਲੇਗਾ। ਹਿਸਟਰੀ ਪੜ੍ਹ ਕੇ ਵੇਖ ਲਿਓ, ਹਿਸਟਰੀ ਪੜ੍ਹ ਕੇ, ਕਿਉਂਕਿ ਕੋਈ ਟਾਈਮ ਸੀ ਅਸੀਂ ਵੀ ਕਹਿੰਦੇ ਹੁੰਦੇ ਸੀ ਨਹਿਰੂ ਚਾਚਾ ਵਾ। ਅਸੀਂ ਜਦੋਂ ਸਕੂਲਾਂ 'ਚ ਪੜ੍ਹਨਾ ਤੇ ਪਰੇਡਾਂ 'ਚ ਇਹੀ ਸਿਖਾਇਆ ਜਾਂਦਾ ਸੀ, ਨਹਿਰੂ ਚਾਚਾ ਹੈ ਤੇ ਗਾਂਧੀ ਜਿਹੜਾ ਉਹ ਰਾਸ਼ਟਰਪਿਤਾ ਹੈ। ਤੇ ਜਦੋਂ ਅਸੀਂ ਉਹਨਾਂ ਦੀਆਂ ਕਮੀਨਗੀਆਂ ਹਰਕਤਾਂ 'ਚ ਪੜ੍ਹਦੇ ਹਾਂ ਤੇ ਪਤਾ ਲੱਗਦਾ ਇਹ ਤਾਂ ਨਰਕਧਾਰੀ ਲੋਕ ਸਨ, ਔਰ ਇੰਨੇ ਕਮੀਨੇ ਲੋਕ ਸਨ, ਜਿਹੜਾ ਬੰਦਾ ਸੀਸਗੰਜ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜਾ ਹੋ ਕੇ ਗੱਲ ਕਹਿੰਦਾ ਵੀ ਸਿੱਖਾਂ ਦੇ ਵਾਸਤੇ ਇੱਕ ਵਧੀਆ ਰਾਜ ਕਾਇਮ ਕੀਤਾ ਜਾਏਗਾ, ਇੱਕ ਸੰਵਿਧਾਨ ਇੱਦਾਂ ਦਾ ਬਣਾਇਆ ਜਾਵੇਗਾ ਜਿਹਦੇ 'ਚ ਸਿੱਖਾਂ ਦੇ ਖਿਲਾਫ਼ ਕੋਈ ਗੱਲ ਨਹੀਂ ਹੋਏਗੀ। ਸੰਵਿਧਾਨ ਖੜਾ ਕੀਤਾ ਗਿਆ ਤੇ ਸਿੱਖਾਂ ਦੇ ਖਿਲਾਫ਼, ਪੰਜਾਬ ਸਾਨੂੰ ਦਿੱਤਾ ਤੇ ਲੂਲਾ ਲੰਗੜਾ ਪਾਣੀ ਤੇ ਉਹ ਚਲੇ ਗਏ। ਪਹਿਲਾਂ ਪੰਜਾਂ ਦਰਿਆਵਾਂ ਦਾ ਪਾਣੀ ਵਗਦਾ ਸੀ, ਹੁਣ ਢਾਈਆਂ ਦਾ ਵੀ ਨਹੀਂ ਰਿਹਾ। ਭਾਵੇਂ ਅੱਜ ਵੀ ਅਸੀਂ ਕਹਿੰਦੇ ਹਾਂ ਵੀ ਪੰਜਾਬ ਬੜਾ ਖੁਸ਼ਹਾਲ ਹੈ,
ਹੁਣ ਢਾਈ ਪੰਜਾਬ ਨਹੀਂ ਉੱਥੇ ਰਹੇ। ਖੈਰ ਮੈਂ ਵਾਪਸ ਆ ਜਾਵਾਂ। ਬਲਦੇਵ ਸਿੰਘ ਨੂੰ ਅੰਗਰੇਜ਼ ਕਹਿਣ ਲੱਗੇ ਤੂੰ ਰੁਕ ਜਾਈ, ਤੇਰੇ ਨਾਲ ਅਸੀਂ ਕੋਈ ਵਿਚਾਰ ਕਰਨੀ ਚਾਹੁੰਦੇ ਹਾਂ। ਬਲਦੇਵ ਸਿੰਘ ਕਹਿਣ ਲੱਗਾ ਵੀ ਦੱਸੋ ਵਿਚਾਰ ਹੋਈ ਵੀ ਤੁਹਾਡੀਆਂ ਕੁਰਬਾਨੀਆਂ ਬਹੁਤ ਨੇ, ਉਹਨਾਂ ਨੇ ਪਾਕਿਸਤਾਨ ਲੈ ਜਾਣਾ, ਦੂਜਿਆਂ ਨੇ ਹਿੰਦੁਸਤਾਨ ਲੈ ਜਾਣਾ, ਤੁਸੀਂ ਟੱਲੀ ਵਜਾਉਂਦੇ ਰਹੇ ਹੋ ਰਸਤੇ ਦੇ ਵਿੱਚ। ਅਸੀਂ ਚਾਹੁੰਦੇ ਹਾਂ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਸੈਂਟਰ 'ਚ ਤੁਹਾਡਾ ਸਿੱਖ ਹੋਮਲੈਂਡ ਬਣਾ ਦਈਏ, ਤੁਹਾਡਾ ਘਰ ਬਣਾ ਦਈਏ, ਕਿਤੇ ਪੂਰੀ ਜ਼ਿੰਦਗੀ ਕਿਰਾਏ 'ਤੇ ਨਾ ਰਹੋ। ਅਸਲ ਦੇ ਵਿੱਚ ਮੈਂ ਪਰਸੋਂ ਵੀ ਇੱਕ ਬੇਨਤੀ ਕੀਤੀ ਸੀ, ਸਿੱਖ ਕਿਰਾਏ 'ਤੇ ਨੇ ਅਤੇ ਕਿਰਾਏਦਾਰ ਬੰਦੇ ਦੀ ਹਾਲਤ ਕੀ ਹੁੰਦੀ ਹੈ ਅਸੀਂ ਤੁਸੀਂ ਸਾਰੇ ਜਾਣਦੇ ਹਾਂ ਜਿਹੜੇ ਕਿਰਾਏ 'ਤੇ ਰਹਿੰਦੇ ਨੇ। ਸਿੱਖ ਅਜੇ ਵੀ ਹਿੰਦੁਸਤਾਨ ਦੀ ਧਰਤੀ 'ਤੇ ਕਿਰਾਏ 'ਤੇ ਰਹਿ ਰਹੇ ਨੇ, ਪਰ ਕੁਝ ਸਾਡੇ ਲੋਕਾਂ ਨੂੰ ਇੱਦਾਂ ਲੱਗ ਰਿਹਾ ਨਹੀਂ ਅਸੀਂ ਕਿਰਾਏ 'ਤੇ ਨਹੀਂ ਰਹਿ ਰਹੇ, ਅਸੀਂ ਤਾਂ ਆਪਣੇ ਘਰ ਵਿੱਚ ਰਹਿ ਰਹੇ। ਪਤਾ ਉਦੋਂ ਲੱਗਣਾ ਜਦੋਂ ਅਗਲਾ ਨੇ ਘਰੋਂ ਪਕੜ ਕੇ ਬਾਹਰ ਕੱਢ ਦਿੱਤਾ, ਪੱਲੇ ਕਾਖੋਂ ਨਹੀਂ ਰਹਿਣਾ। ਬਲਦੇਵ ਸਿੰਘ ਨਾਲ ਜਦੋਂ ਇਹ ਵਿਚਾਰ ਕੀਤੀ ਤਾਂ ਬਲਦੇਵ ਸਿੰਘ ਸੀ ਥੋੜ੍ਹੇ ਦਿਲ ਦਾ ਮਾਲਕ, ਉਹ ਗਿਆ ਨਹਿਰੂ ਦੇ ਕੋਲ ਰਾਤ। ਨਹਿਰੂ ਨੇ ਜਾ ਕੇ ਪੁੱਛਿਆ ਵੀ ਗੱਲਬਾਤ ਕੀ ਹੋਈ ਅੰਗਰੇਜ਼ਾਂ ਵਿੱਚ? ਉਹਨੇ ਦੱਸ ਦਿੱਤਾ ਵੀ ਅੰਗਰੇਜ਼ ਸਾਨੂੰ ਕਹਿੰਦੇ ਆ ਤੁਹਾਡਾ ਵੀ ਇੱਕ ਦੇਸ਼ ਬਣਾ ਦਈਏ ਅਸੀਂ। ਬੜਾ ਵਧੀਆ ਮੌਕਾ ਸੀ। ਯਾਦ ਰੱਖਿਓ ਨਹਿਰੂ ਕਿਹੜੇ ਗੰਦੇ ਖਾਨਦਾਨ ਦਾ ਹੈ, ਗੰਗੂ ਦਾ ਹੈ। ਤੇ ਗੰਗੂ ਜਿਹਨੇ ਗੁਰੂ ਘਰ ਦਾ ਕਈ ਸਾਲ ਨਮਕ ਖਾ ਕੇ ਵੀ 82 ਸਾਲ ਦੀ ਬਜ਼ੁਰਗ ਮਾਤਾ ਉੱਤੇ ਤਰਸ ਨਹੀਂ ਸੀ ਕੀਤਾ, 7 ਤੇ 9 ਸਾਲ ਦੀਆਂ ਨਿੱਕੀਆਂ ਨਿੱਕੀਆਂ ਜਿੰਦਾਂ ਉੱਤੇ ਤਰਸ ਨਹੀਂ ਸੀ ਕੀਤਾ, ਉਹ ਗੰਗੂ ਦਾ ਭੈੜਾ ਖੂਨ ਸਿੱਖਾਂ ਉੱਤੇ ਕਿਵੇਂ ਤਰਸ ਕਰਦਾ? ਜਦੋਂ ਇਹ ਗੱਲ ਕਹੀ ਗਈ ਤੇ ਨਹਿਰੂ ਕਹਿਣ ਲੱਗਾ ਸਾਡਾ ਤੇ 9 ਮਾਸ ਦਾ ਰਿਸ਼ਤਾ ਹੈ। ਆ 9 ਮਾਸ ਦੇ ਰਿਸ਼ਤੇ ਬਾਰੇ ਸੁਣ ਲਓ। ਇਹ ਪਤਾ ਕਿਉਂ ਕਹਿੰਦੇ ਨੇ ਤੁਹਾਡਾ ਤੇ ਸਾਡਾ 9 ਮਾਸ ਦਾ ਰਿਸ਼ਤਾ ਹੈ? ਕਿਉਂਕਿ ਜਦੋਂ ਜੇਲ੍ਹਾਂ 'ਚ ਸਾਨੂੰ ਕੈਦ ਕਰਦੇ ਨੇ ਤੇ ਜੂੜਿਆ ਜਾਂਦੇ ਤੇ ਪਲਾਸਾਂ ਦੇ ਨਾਲ ਸਾਡੇ 9 ਖਿੱਚਦੇ ਨੇ, ਇਸ ਕਰਕੇ ਕਹਿੰਦੇ ਸਾਡਾ ਤੇ ਤੁਹਾਡਾ 9 ਮਾਸ ਦਾ ਰਿਸ਼ਤਾ ਹੈ। ਆ ਇਹਨਾਂ ਦਾ 9 ਮਾਸ ਦਾ ਰਿਸ਼ਤਾ, ਸਾਡੇ 9 ਖਿੱਚਦੇ ਨੇ ਪਲਾਸਾਂ ਦੇ ਨਾਲ, ਮੁੰਗਲੀਆਂ ਮਾਰ ਮਾਰ ਕੇ ਸਾਡੇ ਸਿਰ ਫੇਂਦੇ ਨੇ, ਸਾਡੇ ਸਿੰਘਾਂ ਸੂਰਮਿਆਂ ਨੂੰ ਦੇਗਾਂ ਦੇ ਵਿੱਚ ਸਪਸ਼ਟ ਤੌਰ 'ਤੇ ਉਬਾਲ ਦਿੱਤਾ ਜਾਂਦਾ, ਬਿਜਲੀ ਦੇ ਕਰੰਟ ਲਾ ਲਾ ਕੇ ਮਾਰਿਆ ਜਾਂਦਾ। ਕਿਰਨ ਬੇਦੀ ਵਰਗੀ ਇੱਕ ਔਰਤ ਇਹ ਗੱਲ ਕਹਿ ਕੇ 1-2-3 ਸਾਲ ਦੇ ਬੱਚੇ ਨੂੰ ਬਰਫ਼ ਉੱਤੇ ਪਾ ਕੇ ਮਾਰ ਦਿੰਦੀ ਹੈ, ਇਹ ਅੱਤਵਾਦੀ ਦਾ ਪੁੱਤ ਹੈ ਤੇ ਬੱਚਾ ਵੀ ਅੱਤਵਾਦੀ ਦਾ। ਇਹੋ ਜਿਹੇ ਲੋਕ ਹਿੰਦੁਸਤਾਨ ਦੀ ਵਾਗਡੋਰ ਸੰਭਾਲ ਕੇ ਬੈਠੇ ਹੋਏ ਨੇ। ਜਦੋਂ ਨਹਿਰੂ ਨੂੰ ਇਹ ਗੱਲ ਕਹੀ ਤੇ ਨਹਿਰੂ ਕਹਿਣ ਲੱਗਾ ਸਾਡਾ 9 ਮਾਸ ਦਾ ਰਿਸ਼ਤਾ ਹੈ, ਉਹ ਸਾਡੇ ਭਰਾ ਥੋੜ੍ਹੀ, ਅਸੀਂ ਤਾਂ ਭਰਾ ਵਾਂ ਤੇ ਭਰਾ ਜੁਦਾ ਨਹੀਂ ਹੋਣੇ ਚਾਹੀਦੇ, ਅਲੱਗ ਨਹੀਂ ਹੋਣੇ ਚਾਹੀਦੇ। ਇਮੋਸ਼ਨਲ ਐਸਾ ਕੀਤਾ ਵੀ ਨਹਿਰੂ ਦੀਆਂ ਗੱਲਾਂ ਸੁਣ ਕੇ ਬਲਦੇਵ ਵਿਚਾਰਾ ਆਪਣੇ ਹੰਝੂ ਪੂੰਝਣ ਲੱਗ ਪਿਆ ਹੋਊਗਾ। ਤੇ ਉਸ ਟਾਈਮ ਜਦੋਂ ਨਾਲ ਤੁਰ ਪਿਆ ਅੰਗਰੇਜ਼ਾਂ ਨੇ ਕਿਹਾ ਵੀ ਨਾ ਜਾ, ਨਹਿਰੂ ਦੇ ਪਿੱਛੇ ਲੱਗ ਗਿਆ ਬਲਦੇਵ ਸਿੰਘ। ਮੈਂ ਇੱਕ ਫਿਲਮ ਦੇਖੀ, ਉਹਦੇ ਵਿੱਚ ਇੱਕ ਬੜਾ ਸੋਹਣਾ ਮੈਨੂੰ ਗੀਤ ਲੱਗਾ, ਖੈਰ ਕੁਛ ਕੋਈ ਗੱਲਾਂ ਬੜੀ ਬੜੀਆਂ ਵਧੀਆ ਨਿਕਲ ਆਉਂਦੀਆਂ ਨੇ। ਉਹਦੇ ਵਿੱਚ ਅਦਾਕਾਰ ਬੋਲਣ ਵਾਲਾ ਹਿੰਦੁਸਤਾਨ ਦੇ ਸਿਸਟਮ ਉੱਤੇ ਬੋਲਦਾ ਤੇ ਇੱਕ ਵਰਲਡ ਬਾਰ ਬਾਰ ਆਪਣੇ ਗੀਤ ਵਿੱਚ ਉਹ ਬੋਲਦਾ, ਇੱਕ ਮੱਛਰ ਆਦਮੀ ਕੋ ਨਮਰਦ ਬਣਾ ਦਿੱਤਾ। ਮੈਂ ਉਹਨੂੰ ਨੋਟ ਕਰਿਆ ਕਰਦਾ ਵੀ ਇੱਕ ਬਲਦੇਵ ਸਿੰਘ ਨੇ ਪੂਰੀ ਕੌਮ ਨੂੰ ਨਮਰਦ ਬਣਾ ਦਿੱਤਾ, ਪੂਰੀ ਕੌਮ ਨੂੰ ਹਿੰਦੂਆਂ ਦੇ ਡਸਟਬੀਨ ਵਿੱਚ ਸੁੱਟ ਦਿੱਤਾ। ਤੇ ਜਦੋਂ ਜਹਾਜ਼ ਚੜ੍ਹਨ ਲੱਗੇ ਅੰਗਰੇਜ਼ਾਂ ਨੇ ਉਦੋਂ ਵੀ ਕਿਹਾ ਸੀ, ਮੈਨੂੰ ਉਸ ਅੰਗਰੇਜ਼ ਦਾ ਨਾਂ ਭੁੱਲ ਗਿਆ, ਉਹਨੇ ਬੁੱਕ ਲਿਖੀ, ਉਹਦੇ ਵਿੱਚ ਇਹ ਗੱਲ ਲਿਖ ਦਿੱਤੀ ਤੇ ਉਹ ਗੱਲ ਨੂੰ ਸਾਡੇ ਵਿਚਾਰਵਾਨ ਵੀਰ ਕਹਿੰਦੇ ਨੇ ਸਿੱਖਾਂ ਦੇ ਸਿਰ ਦੇ ਉੱਤੇ ਕਲੰਕ ਹੈ। ਉਹ ਗੱਲ ਉਹਨੇ ਕਿਹੜੀ ਲਿਖੀ? ਉਹ ਕਹਿੰਦਾ ਕਦੇ ਇਹ ਵੀ ਹੋ ਸਕਦਾ ਕੋਈ ਸਿੱਖ ਵੀ ਸਮਝਦਾਰ ਹੋਵੇ, ਤੁਸੀਂ ਸਿਆਣੇ ਹੋ ਪੜ੍ਹੀ ਵੀ ਸ਼ਾਇਦ ਹੋਵੇਗੀ, ਕਹਿੰਦੇ ਕਦੇ ਇਹ ਵੀ ਹੋ ਸਕਦਾ ਕਿਤੇ ਸਿੱਖ ਵੀ ਕੋਈ ਸਮਝਦਾਰ ਹੋਵੇ, ਐਡਾ ਵੱਡਾ ਮੌਕਾ ਮਿਲ ਰਿਹਾ ਹੋਵੇ ਤੇ ਸਿੱਖ ਕਹਿੰਦੇ ਨੇ ਅਸੀਂ ਆਪਣੇ ਭਰਾਵਾਂ ਦੇ ਕੋਲ ਲੈ ਲਓਗੇ, ਲੈ ਲਓ, ਠੂਠਾ ਬਰਾਤਾ ਖੜਕਾਉਂਦੇ ਰਹੋ ਪੂਰੀ ਜ਼ਿੰਦਗੀ, ਕੁਛ ਵੀ ਨਹੀਂ ਮਿਲਿਆ। ਤੇ ਜਨਾਹ ਨੇ ਜਾਂਦਿਆਂ ਜਾਂਦਿਆਂ ਗੱਲ ਕਹਿਤੀ ਸੀ ਬਲਦੇਵ ਸਿੰਘ ਨੂੰ, ਬਲਦੇਵ ਸਿੰਘ ਦੇਖ ਤੁਸੀਂ ਇਹਨਾਂ ਨੂੰ ਗੁਲਾਮ ਹਿੰਦੂ ਵੇਖਿਆ, ਜਿੱਦਣ ਹਿੰਦੂ ਹਾਕਮ ਹੋਏ ਕਮਲਿਓ ਤੁਸੀਂ ਗੁਲਾਮ ਹੋਏ,
ਉਹਦੋਂ ਤੁਹਾਨੂੰ ਮੇਰੇ ਬੋਲ ਚੇਤੇ ਆਉਣਗੇ। ਅੱਜ ਵੀ ਸਿੱਖ ਰੋ ਰਹੇ ਨੇ ਤੇ ਕਹਿ ਰਹੇ ਨੇ ਸਾਡੇ ਨਾਲ ਬੜਾ ਮਾੜਾ ਹੋਇਆ। ਗੱਲ ਵੱਖਰੀ ਹੈ, ਉਦੋਂ ਵੀ ਸਿੱਖ ਆਗੂ ਨਹੀਂ ਸੀ ਸੰਭਲੇ, ਹੁਣ ਵੀ ਸਿੱਖ ਆਗੂ ਨਹੀਂ ਸੰਭਲ ਰਹੇ, ਪਰ ਆਮ ਸਿੱਖ ਜਨਤਾ ਦੇ ਵਿੱਚ ਹੁਣ ਚੜ੍ਹਦੀ ਕਲਾ ਆ ਰਹੀ ਹੈ। ਗੁਰੂ ਕਿਰਪਾ ਕਰੇ ਕਿਤੇ ਸਾਨੂੰ ਸਮਝ ਆ ਜਾਵੇ। 1947 ਆਇਆ, ਮੁਸਲਮਾਨ ਆਜ਼ਾਦ ਹੋ ਗਏ, ਹਿੰਦੂ ਆਜ਼ਾਦ ਹੋ ਗਏ, ਸਿੱਖ ਗੁਲਾਮ ਹੋ ਗਏ, ਤੇ ਪੱਛਮੀ ਪੰਜਾਬ ਵੱਲੋਂ ਜਿਹੜੇ ਸਿੱਖ ਆਏ, ਇਸ ਗਵਰਨਰ ਨੇ, ਹਿੰਦੁਸਤਾਨ ਦੇ ਗਵਰਨਰ ਨੇ ਸਭ ਤੋਂ ਪਹਿਲਾਂ ਸੋਨੇ ਦਾ ਤਗਮਾ ਸਿੱਖ ਕੌਮ ਨੂੰ ਕੀ ਦਿੱਤਾ? ਸਿੱਖ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਦਾ ਮਤਲਬ ਹੁੰਦਾ ਹੈ ਉਹ ਕੌਮ ਜਿਹਨਾਂ ਦਾ ਕੰਮ ਹੈ ਚੋਰੀਆਂ ਕਰਨੀਆਂ, ਲੁੱਟਣਾ, ਧਾੜੀਆਂ ਵਾਲਾ ਕੰਮ, ਬਲਾਤਕਾਰੀ, ਚੋਰ, ਡਾਕੂ, ਕੁਛ ਵੀ ਕਹਿ ਲਓ, ਉਹਦੇ ਵਿੱਚ ਸਾਰੀਆਂ ਗੱਲਾਂ ਆਉਂਦੀਆਂ ਨੇ। ਸਿੱਖ ਜਰਾਇਮ ਪੇਸ਼ਾ ਕੌਮ ਹੈ। ਇਹ ਸਾਨੂੰ ਖਿਤਾਬ ਦੇ ਦਿੱਤਾ ਗਿਆ। ਸਰਦਾਰ ਕਪੂਰ ਸਿੰਘ ਸਾਚੀ ਸਾਖੀ ਵਿੱਚ ਖੁਦ ਇਹ ਗੱਲਾਂ ਲਿਖਦੇ ਨੇ ਕਿ 1947 ਤੋਂ ਬਾਅਦ ਹਿੰਦੁਸਤਾਨ ਦੀ ਮਿਲੀਟਰੀ, ਹਿੰਦੁਸਤਾਨ ਦੀ ਪੁਲਿਸ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਿੱਖਾਂ ਦੀਆਂ ਦਸਤਾਰਾਂ ਸ਼ਰੇਆਮ ਲਾਉਂਦੀ ਗਈ, ਸਿੱਖਾਂ ਦੀਆਂ ਦਾੜੀਆਂ ਤੱਕ ਪੁੱਟੀਆਂ ਜਾਂਦੀਆਂ ਰਹੀਆਂ, ਤੇ ਬਾਕੀ ਦੀਆਂ ਤਾਂ ਗੱਲਾਂ ਛੱਡੋ। ਸਰਦਾਰ ਕਪੂਰ ਸਿੰਘ ਕਹਿੰਦੇ ਮੇਰੇ ਨਾਲ ਵੀ ਘੱਟ ਨਹੀਂ ਹੋਈ, ਮੇਰੇ ਨਾਲ ਜੋ ਕੁਝ ਹੋਇਆ ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ। ਹਿੰਦੁਸਤਾਨ ਦੀ ਸਰਕਾਰ ਨੇ ਇੰਨਾ ਕੁਝ ਕੀਤਾ। ਕਿਸੇ ਕਵੀ ਦੀਆਂ ਚੰਦ ਲੈਣਾ ਮੇਰੇ ਮੂਹਰੇ ਆ ਗਈਆਂ, ਮੈਂ ਕਹਿ ਕੇ ਅਗਾਂਹ ਤੁਰ ਲੱਗਾ। 1947 ਤੋਂ ਲੈ ਕੇ 1984 ਤੱਕ ਇੱਕ ਵੱਡਾ ਸਟਾਪ ਹੁੰਦਾ ਹੈ। 1984 ਤੋਂ ਲੈ ਕੇ 1995 ਤੱਕ ਸਿੱਖ ਕੌਮ ਦੇ ਨਾਲ ਬੜਾ ਵੱਡਾ ਘਾਣ ਹੋਇਆ। ਉਹਦੀਆਂ ਚੋਣਵੀਆਂ ਗੱਲਾਂ ਮੈਂ ਤੁਹਾਡੇ ਮੂਹਰੇ ਰੱਖ ਲੱਗਾ, ਲੇਕਿਨ ਇੱਕ ਗੱਲ ਮੈਂ ਜ਼ਰੂਰ ਸਾਹਮਣੇ ਰੱਖ ਦੇਵਾਂ। ਆਹ ਜਿਹੜੇ ਸਾਡੇ ਸਿੱਖ ਵੀ ਅੱਜ ਇੱਕ ਟੋਪੀਧਾਰੀ ਬੰਦੇ ਦੀ ਪਾਰਟੀ ਦੀ ਸਪੋਰਟ ਕਰ ਰਹੇ ਨੇ ਨਾ, ਮੈਂ ਪਰਸੋਂ ਵੀ ਬੋਲਿਆ ਸੀ, ਮੈਨੂੰ ਕਿਸੇ ਦਾ ਡਰ ਨਹੀਂ ਹੈ ਵੀ ਕੋਈ ਬੰਦਾ ਕੀ ਕਹਿੰਦਾ ਕੀ ਨਹੀਂ ਕਹਿੰਦਾ, ਗਾਲਾਂ ਕੱਢਦਾ। ਤੁਸੀਂ ਮਾੜੀ ਜਿਹੀ ਕਿਤੇ ਪੋਸਟ ਪਾ ਕੇ ਵੇਖੋ, ਲੋਕ ਗਾਲਾਂ ਕੱਢਦੇ ਨੇ। ਨਿੱਕੀ ਜੀ ਗੱਲ ਪਾ ਦਿਓ ਨਾ ਇੰਟਰਨੈਟ ਉੱਤੇ, ਲੋਕ ਕਿਸੇ ਦੀ ਮਾਂ ਭੈਣ ਤੱਕ ਨਹੀਂ ਛੱਡਦੇ। ਕੌਣ? ਜਿਹੜੇ ਸਾਡੇ ਆਪਣੇ ਨੇ। ਆ ਪਿੱਛੇ ਜੇ ਇੱਕ ਵੀਰ ਗੁਰਦੁਆਰੇ ਵਿੱਚ ਜਦੋਂ ਟੋਪੀ ਵਾਲਾ ਆਇਆ ਤੇ ਉਹਨੂੰ ਸਵਾਲ ਪੁੱਛਣ ਵਾਸਤੇ ਗਿਆ ਸੀ ਵੀ ਤੁਸੀਂ ਹੁੰਦੇ ਕੌਣ ਸਿੱਖਾਂ ਨੂੰ ਅੱਤਵਾਦੀ ਕਹਿਣ ਵਾਸਤੇ? ਸਾਡੇ ਆਪਣੇ ਬੰਦਿਆਂ ਨੇ ਉਹਦੀ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ, ਤੇ ਜਦੋਂ ਉਹ ਵਾਇਰਲ ਹੋਈ ਇੰਟਰਨੈਟ ਉੱਤੇ ਤੇ ਸਾਡੇ ਆਪਣੇ ਬੰਦਿਆਂ ਨੇ ਕਿਹਾ ਸੀ ਇਹਦੇ ਹੋਰ ਜੁੱਤੀਆਂ ਮਾਰੋ। ਕਿਹਦੇ? ਸਿੱਖ ਦੇ। ਇਹ ਗੁਲਾਮ ਮਾਨਸਿਕਤਾ ਹੈ। ਇੱਕ ਬੰਦਾ ਆਉਂਦਾ ਹੈ ਸਾਡੇ ਕੋਲ ਜਿਹੜਾ ਸਪਸ਼ਟ ਤੌਰ ਤੇ ਗਾਂਧੀਵਾਦੀ ਸੋਚ ਦਾ ਮਾਲਕ ਹੈ, ਉਹਦੀ ਤੁਸੀਂ ਹਿਸਟਰੀ ਪੜ੍ਹ ਕੇ ਵੇਖ ਲਓ, ਉਹ ਖੁਦ ਇਹ ਗੱਲ ਮੰਨਦਾ ਹੈ ਅੰਨਾ ਹਜ਼ਾਰਾ ਮੇਰਾ ਆਗੂ ਹੈ ਤੇ ਗਾਂਧੀ ਜਿਹੜਾ ਹੈ ਉਹ ਮੇਰਾ ਮਾਡਲ ਹੈ, ਮੈਂ ਰਾਜਨੀਤੀ ਗਾਂਧੀ ਵਾਲੀ ਕਰਾਂਗਾ। ਯਾਦ ਰੱਖਿਓ, ਬੱਕਰੀਆਂ ਚਾਰਨ ਵਾਲਾ ਤੇ ਚਰਖਾ ਘੁਮਾਉਣ ਵਾਲਾ ਤੇ ਸਭ ਤੋਂ ਕਮੀਨਾ ਦੁਨੀਆਂ ਦਾ ਬੰਦਾ ਗਾਂਧੀ, ਤੇ ਉਹਦੀ ਸੋਚ ਲੈ ਕੇ ਜਿਹੜਾ ਬੰਦਾ ਟੋਪੀ ਵਾਲਾ ਅੱਜ ਪੰਜਾਬ ਦੀ ਧਰਤੀ ਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਚੇਤੇ ਰੱਖਿਓ। ਉਦੋਂ ਸਿੱਖਾਂ ਦੇ ਉੱਤੇ ਡਾਂਗਾਂ ਵਰਦੀਆਂ ਰਹੀਆਂ, ਹੁਣ ਝਾੜੂ ਵਰਨਾ ਜੇ, ਭਾਵੇਂ ਗੁੱਸਾ ਲੱਗਦਾ ਤੇ ਲੱਗੀ ਜਾਵੇ ਗੱਲ ਵੱਖਰੀ, ਪਰ ਸਿੱਖਾਂ ਉੱਤੇ ਵਰੇਗਾ। ਜਿਹੜੇ ਸਿੱਖ ਪੰਜਾਬ ਦੀ ਧਰਤੀ ਤੋਂ ਕਹਿ ਰਹੇ ਨੇ ਖਾਲਿਸਤਾਨ ਜ਼ਿੰਦਾਬਾਦ, ਇਹ ਖਤਮ ਹੋ ਜਾਏਗਾ, ਕਹਿ ਨਹੀਂ ਪਾਉਣਗੇ, ਕਿਉਂਕਿ ਉਹਨਾਂ ਦੀ ਹਕੂਮਤ ਆ ਗਈ। ਉਹ ਬੰਦਾ ਖੁਦ ਆਪਣੇ ਸਟੇਟਸ ਵਿੱਚ ਲਿਖਦਾ ਹੈ, ਖੁਦ ਟਵਿੱਟਰ ਦੇ ਉੱਤੇ ਟਵਿੱਟਰ ਕਰਦਾ ਹੈ, ਉਹ ਕਹਿੰਦਾ ਹੈ ਦਿੱਲੀ ਦੀ ਪੁਲਿਸ ਜੇਕਰ ਸਾਡੇ ਉੱਤੇ ਸਾਡੇ ਕੋਲ ਹੁੰਦੀ ਤੇ ਹਿੰਦੁਸਤਾਨ ਦੇ ਖਿਲਾਫ਼ ਕੋਈ ਬੰਦਾ ਨਾਅਰੇਬੰਦੀ ਕਰ ਸਕਦਾ, ਕੋਈ ਖਿਲਾਫ਼ ਨਾਅਰਾਬਾਜ਼ੀ ਕਰਦਾ, ਕਹਿੰਦਾ ਅਸੀਂ ਹੋਣ ਨਹੀਂ ਸੀ ਦੇਣਾ, ਤੇ ਪੰਜਾਬ 'ਚ ਕੀ ਕਰਨਾ ਉਹਨਾਂ ਨੇ? ਆਪ ਤੁਸੀਂ ਹਿਸਾਬ ਲਾ ਕੇ ਵੇਖ ਲਓ ਕੀ ਕੁਛ ਕਰਨਗੇ, ਪੰਜਾਬ ਦੀ ਧਰਤੀ 'ਤੇ ਕੀ ਕੁਛ ਹੋਵੇਗਾ। ਮੈਂ ਪਰਸੋਂ ਇੱਕ ਬੇਨਤੀ ਕੀਤੀ ਸੀ, ਜਿੰਨਾ ਪ੍ਰਚਾਰ ਤੁਸੀਂ ਉਸ ਬੰਦੇ ਦਾ ਕਰ ਰਹੇ ਹੋ ਪਿੰਡਾਂ ਪਿੰਡਾਂ ਦੇ ਵਿੱਚ, ਇੰਨਾ ਪ੍ਰਚਾਰ ਜੇਕਰ ਕਿਤੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਕੀਤਾ ਹੁੰਦਾ ਤੇ ਨਾ ਪੰਜਾਬ ਦੀ ਧਰਤੀ 'ਤੇ ਨਸ਼ੇ ਹੋਣੇ ਸੀ, ਨਾ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਹੋਰ ਦੀ ਹਕੂਮਤ ਹੋਣੀ ਸੀ, ਸਗੋਂ ਸਾਡੇ ਆਪਣੇ ਵੀਰਾਂ ਦਾ ਰਾਜ ਹੋਣਾ ਸੀ। ਖੈਰ, ਮੈਂ ਅਗਾਂਹ ਤੁਰਨ ਲੱਗਾ। ਟਾਈਮ ਆਇਆ ਸਿੱਖ ਕੌਮ ਦੇ ਉੱਤੇ 1984 ਦਾ।
1984 ਦੇ ਵਕਤ ਸਿੱਖ ਕੌਮ ਦੇ ਉੱਤੇ ਜੋ ਭਾਣਾ ਵਾਪਰਿਆ, ਸਿੱਖ ਕੌਮ ਦਾ ਜੋ ਘਾਣ ਹੋਇਆ, ਉਹ ਸਾਡੇ ਮੂਹਰੇ ਆ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਮੈਂ ਤਕਰੀਬਨ ਸਾਰੀਆਂ ਸਪੀਚਾਂ ਸੁਣੀਆਂ ਨੇ। ਉਹਨਾਂ ਨੇ ਕਿਸੇ ਆਪਣੀ ਇੱਕ ਸਪੀਚ ਵਿੱਚ ਵੀ ਕਿਤੇ ਵੀ ਇਹੋ ਜਿਹੀ ਗੱਲ ਨਹੀਂ ਕਹੀ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਹੋ ਵੀ ਸਾਨੂੰ ਕੋਈ ਵੱਖਰਾਪਣ ਚਾਹੀਦਾ। ਪਰ ਉਹਨਾਂ ਦੀ ਇਹ ਗੱਲ ਮੈਂ ਜ਼ਰੂਰ ਨੋਟ ਕਰਦਾ। ਉਹਨਾਂ ਨੇ ਗੱਲ ਕਹਿਤੀ ਸੀ ਜਿੱਦਣ ਹਿੰਦੁਸਤਾਨ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਆ ਜਾਏਗੀ, ਜਿੱਦਣ ਇਹ ਸਾਡੇ ਹਰਿਮੰਦਰ ਸਾਹਿਬ ਦੇ ਉੱਤੇ ਗੋਲੀਆਂ ਵਰਸਾਉਣਗੇ, ਸਿੱਖਾਂ ਦੇ ਗੁਰਦੁਆਰਿਆਂ ਨੂੰ ਢਾਹ ਢੇਰੀ ਕਰਨ ਦੀ ਮਨਸੂਬੇ ਦੇ ਨਾਲ ਆਉਣਗੇ, ਸਮਝ ਲਿਓ ਉਦਣ ਖਾਲਿਸਤਾਨ ਦੀ ਨੀਂਹ ਰੱਖੀ ਗਈ। ਇੱਕ ਮੈਂ ਦੂਜੀ ਬੇਨਤੀ ਹੋਰ ਕਰਨ ਲੱਗਾ। ਉਸ ਟਾਈਮ ਇੱਕ ਮਤਾ ਵਿਚਾਰਿਆ ਗਿਆ ਆਨੰਦਪੁਰ ਸਾਹਿਬ ਦਾ, ਸਾਰੇ ਵਿਚਾਰ ਵੀਰ ਬੈਠੇ ਨੇ, ਤਕਰੀਬਨ ਵਿਦਵਾਨ ਨੇ, ਸਾਰੇ ਜਾਣਦੇ ਨੇ। ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿੰਨੀਆਂ ਵੀ ਗੱਲਾਂ ਆਉਂਦੀਆਂ ਨੇ ਪੰਜਾਬ ਦੇ ਅੰਦਰ ਰਹਿਣ ਵਾਲੇ ਸਾਰੇ ਲੋਕਾਂ ਦੇ ਵਾਸਤੇ ਨੇ। ਪੰਜਾਬ ਦੀ ਧਰਤੀ 'ਤੇ ਹਿੰਦੂ ਵੀਰ ਵੀ ਰਹਿੰਦੇ ਨੇ, ਮੁਸਲਮਾਨ ਵੀ ਰਹਿੰਦੇ ਨੇ, ਈਸਾਈ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ, ਅਤੇ ਬਹੁਤ ਗਿਣਤੀ ਉੱਥੇ ਸਿੱਖਾਂ ਦੀ ਨਹੀਂ ਹੈ, ਹੋਰਨਾਂ ਦੀ ਹੈ। ਪੰਜਾਬ ਦੇ ਵਾਸਤੇ ਜੇਕਰ ਪਾਣੀ ਮੰਗਿਆ ਗਿਆ ਤਾਂ ਕਿਸੇ ਇੱਕ ਫਿਰਕੇ ਵਾਸਤੇ ਨਹੀਂ ਸੀ। ਪੰਜਾਬ ਦੇ ਵਾਸਤੇ ਜੇਕਰ ਇਹ ਗੱਲ ਕਹੀ ਕਿ ਵੀ ਨਸ਼ੇਬੰਦੀ ਬੰਦ ਹੋ ਜਾਵੇ ਤਾਂ ਕਿਸੇ ਇੱਕ ਵਾਸਤੇ ਨਹੀਂ ਸੀ। ਪੰਜਾਬ ਦੇ ਵਾਸਤੇ ਜੇਕਰ ਨੌਕਰੀਆਂ ਮੰਗੀਆਂ ਗਈਆਂ ਤਾਂ ਕਿਸੇ ਇੱਕ ਵਾਸਤੇ ਨਹੀਂ ਸੀ। ਪਰ ਜਦੋਂ ਇਹ ਮਤਾ ਪੱਕੇ ਤੌਰ 'ਤੇ ਸਿੱਖਾਂ ਦੇ ਸਿਰ ਉੱਤੇ ਮੜ ਦਿੱਤਾ ਗਿਆ ਤਾਂ ਉਸ ਟਾਈਮ ਹਿੰਦੁਸਤਾਨ ਦੀਆਂ ਜਿਹੜੀਆਂ ਸਰਕਾਰਾਂ ਦੀ ਸ਼ਹਿ ਦੇ ਉੱਤੇ ਪੱਤਰਕਾਰੀ ਕਰਨ ਵਾਲੀਆਂ ਮਹਾਸ਼ਿਆਂ ਦੀਆਂ ਅਖਬਾਰਾਂ ਸਨ, ਉਹਨਾਂ ਨੇ ਪੱਕੇ ਤੌਰ 'ਤੇ ਸਿੱਖਾਂ ਨੂੰ ਅੱਤਵਾਦੀ ਪਲੱਸ ਵੱਖਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਵੀ ਸਿੱਖ ਅੱਤਵਾਦੀ ਅਤੇ ਵੱਖਵਾਦੀ ਨੇ। ਇੱਕ ਮੈਂ ਜ਼ਰੂਰ ਬੇਨਤੀ ਕਰ ਦੇਵਾਂ, ਗੁਰੂ ਪਿਆਰਿਓ, ਗੁਰਬਾਣੀ ਤੁਸੀਂ ਪੜ੍ਹਦੇ ਹੋ, ਗੁਰਬਾਣੀ ਦੇ ਕੁਝ ਸਿਧਾਂਤ ਨੇ ਜਿਹੜੇ ਸਾਡੇ ਮੂਹਰੇ ਅਜੇ ਤੱਕ ਨਹੀਂ ਆਏ। ਕੁਝ ਸਾਡੇ ਵੀਰ ਇੱਥੋਂ ਤੱਕ ਵੀ ਆਪਣੀ ਭਾਵਨਾ ਰੱਖਦੇ ਨੇ, ਵਿਸ਼ਵਾਸ ਰੱਖਦੇ ਨੇ, ਗੁਰੂ ਨਾਨਕ ਸਾਹਿਬ ਨੇ ਕਿਤੇ ਨਹੀਂ ਸੀ ਕਿਹਾ ਕੋਈ ਵੱਖਰਾ ਰਾਜ ਹੋਣਾ ਚਾਹੀਦਾ। ਜੇ ਇਹੋ ਜਿਹੀ ਗੱਲ ਹੁੰਦੀ ਨਾ ਤਾਂ ਬਾਬਾ ਸਾਹਿਬ ਦਾ ਪਾਵਨ ਬਚਨ, ਬਾਬਾ ਰਵਿਦਾਸ ਸਾਹਿਬ ਦਾ ਪਾਵਨ ਬਚਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਨਹੀਂ ਸੀ ਕਰਨਾ, ਦਰਜ ਨਹੀਂ ਸੀ ਕਰਨਾ। ਜਿੱਥੇ ਗੁਰਬਾਣੀ ਦਾ ਇੱਕ ਪੱਖ ਅਧਿਆਤਮਕ ਹੈ ਉੱਥੇ ਸਰੀਰਕ ਵੀ ਹੈ, ਇਹ ਵੀ ਚੇਤੇ ਰੱਖਿਓ। ਜਦੋਂ ਬਾਬਾ ਰਵਿਦਾਸ ਸਾਹਿਬ ਨੇ ਹਾਲਾਤ ਵੇਖੇ ਸੀ ਨਾ ਹਿੰਦੁਸਤਾਨ ਦੇ, ਤੇ ਉਹਨਾਂ ਦੀ ਜ਼ੁਬਾਨ ਤੋਂ ਇਹ ਬੋਲ ਨਿਕਲੇ ਸੀ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੇ ਨਹੀਂ ਕੋ ਠਾਉ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਦੁਨੀਆਂ ਦੇ ਹਾਲਾਤ ਵੇਖੇ ਸਨ ਤਾਂ ਉਹਨਾਂ ਨੇ ਵੀ ਆਪਣੇ ਮੁਖਾਰ ਬਿੰਦ ਤੋਂ ਬਾਬਰ ਨੂੰ ਜਾਬਰ ਕਹਿੰਦਿਆਂ ਹੋਇਆਂ ਇੱਕ ਵਧੀਆ ਸਿਸਟਮ ਦੀ ਮੰਗ ਕੀਤੀ ਸੀ ਵੀ ਇੱਦਾਂ ਦਾ ਸਿਸਟਮ ਹੋਵੇ ਦੁਨੀਆਂ ਦੇ ਵਿੱਚ ਜਿੱਥੇ ਕੋਈ ਦੁਖੀ ਨਾ ਹੋਵੇ, ਜਿੱਥੇ ਕਦੇ ਕਿਸੇ ਨੂੰ ਪ੍ਰੋਬਲਮ ਨਾ ਹੋਵੇ, ਜਿੱਥੇ ਕਦੇ ਵੀ ਕਿਸੇ ਦੇ ਉੱਤੇ ਧੱਕਾ ਨਾ ਕੀਤਾ ਜਾਂਦਾ ਹੋਵੇ। ਅਤੇ ਯਾਦ ਰੱਖੇ ਗੁਰੂ ਨਾਨਕ ਸਾਹਿਬ ਦੀ ਸੋਚ ਰੱਖਣ ਵਾਲੇ ਸਿੱਖ ਦੇ ਅੰਦਰ ਇਹੋ ਜਿਹੀ ਭਾਵਨਾ ਹੁੰਦੀ ਹੈ, ਨਾ ਤਾਂ ਉਹ ਕਿਸੇ ਉੱਤੇ ਧੱਕਾ ਕਰਦਾ ਅਤੇ ਨਾ ਧੱਕਾ ਸਹਿੰਦਾ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਸਿਰਫ ਇੱਕ ਘਟਨਾ ਕਹਿ ਕੇ ਮੇਰਾ ਟਾਈਮ ਸਮਾਪਤ, ਮੈਂ ਸਮਾਪਤੀ ਕਰਨ ਲੱਗਾ। ਉਸ ਟਾਈਮ ਇੱਕ ਬਜ਼ੁਰਗ ਮੁਸਲਮਾਨ ਜਿਹਦਾ ਨਾਮ ਬਣੀ, ਉਸ ਟਾਈਮ ਦੇ ਵਿਚਾਰਵਾਨਾਂ ਨੇ ਲਿਖਿਆ, ਕਹਿੰਦੇ ਉਹਨੇ ਇੱਕ ਕੁਰਾਨ ਸ਼ਰੀਫ ਲਿਖੀ ਬੜੀ ਵੱਡੀ, ਪੂਰੀ ਜ਼ਿੰਦਗੀ ਲਾ ਕੇ ਉਹਨੇ ਕੁਰਾਨ ਸ਼ਰੀਫ ਲਿਖੀ, ਕੁਰਾਨ ਸ਼ਰੀਫ ਐਡੀ ਕੁ ਭਾਰੀ ਹੋ ਗਈ ਗੱਡੇ ਉੱਤੇ ਉਹਨੇ ਲੱਦ ਲਈ। ਮਹਾਰਾਜਾ ਰਣਜੀਤ ਸਿੰਘ ਉਸ ਟਾਈਮ ਆਪਣੇ ਅਹਿਲਕਾਰਾਂ ਦੇ ਨਾਲ ਕਿਤੇ ਜਾ ਰਹੇ ਸੀ, ਉਹਨਾਂ ਨੇ ਇੱਕ ਵੱਡੀ ਜਦੋਂ ਬੁੱਕ ਦੇਖੀ ਗੱਡੇ ਉੱਤੇ ਪਈ ਤੇ ਰੁਕ ਗਏ। ਆਪਣੇ ਅਫਸਰਾਂ ਨੂੰ ਕਹਿਣ ਲੱਗੇ, ਬਜ਼ੁਰਗ ਨੂੰ ਪੁੱਛੋ ਬੜੀ ਮੁਸ਼ਕਲ ਦੇ ਨਾਲ ਤੁਰਿਆ ਜਾ ਰਿਹਾ, ਕੀ ਲੈ ਕੇ ਜਾ ਰਿਹਾ। ਉਸ ਬਜ਼ੁਰਗ ਦੇ ਕੋਲੋਂ ਜਦੋਂ ਪੁੱਛਿਆ ਗਿਆ ਤੇ ਬਜ਼ੁਰਗ ਨੇ ਕਿਹਾ, ਮੈਂ ਪੂਰੀ ਜ਼ਿੰਦਗੀ ਦੀ ਮਿਹਨਤ ਦੇ ਨਾਲ ਕੁਰਾਨ ਸ਼ਰੀਫ ਲਿਖੀ ਹੈ ਤੇ ਕੁਰਾਨ ਸ਼ਰੀਫ ਮੈਂ ਲੈ ਕੇ ਜਾ ਰਿਹਾ ਹੈਦਰਾਬਾਦ। ਕਿਉਂ? ਕਹਿੰਦੇ ਹੈਦਰਾਬਾਦ ਦਾ ਨਵਾਬ ਮੁਸਲਮਾਨ ਹੈ ਤੇ ਮੇਰੀ ਜ਼ਿੰਦਗੀ ਦੀ ਜਿਹੜੀ ਅਣਥੱਕ ਮਿਹਨਤ ਹੈ ਉਹਦਾ ਪੂਰਾ ਪੂਰਾ ਮੁੱਲ ਉਹ ਦੇ ਸਕਦਾ ਹੈ।
ਮਹਾਰਾਜ ਰਣਜੀਤ ਸਿੰਘ ਜੀ ਕਹਿਣਗੇ ਵੀ ਇਹਨੂੰ ਪੁੱਛੋ ਵੀ ਕਿੰਨੇ ਕੁ ਪੈਸੇ ਚਾਹੁੰਦਾ ਹੈ, ਕਿੰਨੇ ਕੁ ਦੇ ਸਕਦਾ ਹੈ। ਅੱਗੋਂ ਕਹਿਣ ਲੱਗਾ ਜੀ ਮੇਰੇ ਖਿਆਲ ਦੇ ਮੁਤਾਬਕ 10,000 ਮੋਹਰਾਂ ਤੇ ਕਿਸੇ ਪਾਸੇ ਗਈਆਂ ਨੀ, ਪੂਰੀ ਜ਼ਿੰਦਗੀ ਲਾਤੀ ਮੈਂ, 10,000 ਮੋਹਰਾਂ ਮੈਨੂੰ ਮਿਲਣਗੀਆਂ। ਮਹਾਰਾਜ ਰਣਜੀਤ ਸਿੰਘ ਜੀ ਕਹਿਣ ਲੱਗੇ 10,000 ਮੋਹਰਾਂ ਚਾਹੁੰਦਾ, ਇਹਨੂੰ 20,000 ਮੋਹਰਾਂ ਦੇਣੇ ਆ, ਲੇਕਿਨ ਇਹਦੀ ਲਿਖੀ ਹੋਈ ਕੁਰਾਨ ਸ਼ਰੀਫ ਨੂੰ ਸਾਡੇ ਜੋ ਲਾਇਬ੍ਰੇਰੀ ਹੈ ਸਿੱਖ ਰਾਜ ਦੀ ਲਾਇਬ੍ਰੇਰੀ ਜਿਹਦੇ ਵਿੱਚ ਧਾਰਮਿਕ ਬੁੱਕਾਂ ਰੱਖੀਆਂ ਜਾਂਦੀਆਂ ਸੀ, ਉੱਥੇ ਉਹਨੂੰ ਰੱਖ ਦਿੱਤਾ ਜਾਵੇ। ਜਦੋਂ ਇਹ ਗੱਲ ਉਸ ਮੁਸਲਮਾਨ ਲਿਖਾਰੀ ਦੇ ਕੰਨਾਂ ਵਿੱਚ ਪਈ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਦੇ ਉੱਤੇ ਝੁੱਕਿਆ ਹੋ, ਉਹਨੇ ਭਾਵੁਕ ਹੁੰਦਿਆਂ ਹੋਇਆ ਇਹ ਗੱਲ ਕਹੀ, ਮੈਂ ਤਾਂ ਇਹ ਸੁਣਿਆ ਸੀ ਵੀ ਇਹ ਸਿੱਖ ਰਾਜ ਹੈ ਤੇ ਸਿੱਖ ਰਾਜ ਦੇ ਵਿੱਚ ਕੇਵਲ ਸਿੱਖਾਂ ਦੀਆਂ ਕਦਰਾਂ ਕੀਮਤਾਂ ਵਿਚਾਰੀਆਂ ਜਾਂਦੀਆਂ ਨੇ। ਮੈਂ ਜ਼ਿਆਦਾ ਲੰਮੀ ਚੌੜੀ ਗੱਲ ਨਹੀਂ ਕਰਨ ਲੱਗਾ, ਇਸ਼ਾਰਾ ਤੁਸੀਂ ਸਮਝ ਲਿਓ। ਉਹਨੇ ਸੁਣਿਆ, ਕਹਿੰਦਾ ਮੈਂ ਸੁਣਿਆ ਸੀ ਇਹ ਸਿੱਖ ਰਾਜ ਹੈ ਤੇ ਸਿੱਖ ਰਾਜ ਦੇ ਵਿੱਚ ਕੇਵਲ ਸਿੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਮੂਹਰੇ ਰੱਖਿਆ ਜਾਂਦਾ ਹੈ, ਪਰ ਮੈਂ ਜੋ ਸੁਣਿਆ ਸੀ ਸਾਰਾ ਉਲਟ ਹੋਇਆ, ਅਸਲ ਦੇ ਵਿੱਚ ਤੁਸੀਂ ਸਰਬ ਸਾਂਝੇ ਹੋ। ਉਸ ਸਿੱਖ ਰਾਜ ਦੇ ਵਿੱਚ ਮੁਸਲਮਾਨ, ਸਿੱਖ ਰਾਜ ਦੇ ਵਿੱਚ ਹਿੰਦੂ, ਸਿੱਖ ਰਾਜ ਦੇ ਵਿੱਚ ਕੋਈ ਹੋਰ ਜਿਹੜੀ ਕੌਮ ਸੀ, ਸਾਰਿਆਂ ਨੂੰ ਮਾਣ ਸਤਿਕਾਰ ਬਰਾਬਰ ਦਾ ਦਿੱਤਾ ਜਾਂਦਾ ਰਿਹਾ। ਗੁਰੂ ਬਾਣੀ ਨੇ ਕੀ ਕਿਹਾ ਸਾਨੂੰ, ਸੱਚੇ ਪਾਤਸ਼ਾਹ ਨੇ ਕੀ ਕਿਹਾ ਸਾਨੂੰ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਰਬ ਠਾਈ। ਜੈਤ ਸ੍ਰੀ ਕੀ ਵਾਰ ਦੀ ਜਿਹੜੀ ਪੌੜੀ ਲਈ ਹੈ ਉਹਦੀ ਅਗਲੀ ਪੰਕਤੀ ਹੈ, ਜਿਹਦੇ 'ਚ ਮਾਲਕ ਨੇ ਸਾਡਾ ਦ੍ਰਿਸ਼ਟਾਂਤ ਸਾਡੇ ਮੂਹਰੇ ਰੱਖਿਆ, ਜਦੋਂ ਸਾਨੂੰ ਆਦਤ ਪੈ ਜਾਵੇ ਨਾ ਕੁੱਟ ਖਾਣ ਦੀ ਤੇ ਸਾਨੂੰ ਉਹ ਜਿਹੜੇ ਜੰਗਲ ਨੇ ਉਹ ਵੀ ਮਹਿਲ ਲੱਗਣੇ ਸ਼ੁਰੂ ਹੋ ਜਾਂਦੇ ਨੇ ਵੀ ਇਹ ਵੀ ਖਰੇ ਮਹਿਲ ਹੀ ਨੇ। ਗੁਰੂ ਨੇ ਕੀ ਕਿਹਾ, ਕਹਿੰਦੇ ਮਹਾਂ ਉਦਿਆਨ ਪਹਿਆਨ ਨਰਕ ਕਰ ਮੰਨਿਆ, ਜਿਹੜਾ ਨਰਕ ਵਰਗੀ ਜ਼ਿੰਦਗੀ ਸੀ ਉਹਨੂੰ ਵੀ ਆਪਣੇ ਆਪਣੇ ਵਾਸਤੇ ਇਹ ਸਮਝਦਾ ਵੀ ਮੇਰਾ ਘਰ ਹੈ, ਨਗਰ ਕਰ ਮੰਨਿਆ, ਮੇਰਾ ਪਿੰਡ ਹੈ, ਮੇਰਾ ਸ਼ਹਿਰ ਹੈ, ਜੰਗਲ ਹੈ, ਬੀਆਬਾਨ, ਜਿੱਥੇ ਕੋਈ ਕਿਸੇ ਪ੍ਰਕਾਰ ਦਾ ਕਾਨੂੰਨ ਨਹੀਂ, ਕੋਈ ਕਿਸੇ ਦੀ ਪੱਗ ਲਾ ਜੇ, ਕੋਈ ਕਿਸੇ ਨੂੰ ਮਾਰ ਦੇਵੇ, ਕੋਈ ਲੁੱਟ ਲਵੇ, ਉੱਥੇ ਵੀ ਰਹਿ ਕੇ ਕਹਿ ਰਹੇ ਵੀ ਮੈਂ ਖੁਸ਼ਹਾਲ ਹਾਂ ਜੀ, ਮੈਂ ਠੀਕ ਹਾਂ। ਇਹ ਗੁਲਾਮੀ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ। ਮਾਂ ਉਦਿਆਨ ਪਿਆਨ ਨਗਰ ਕਰ ਮੰਨਿਆ, ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ, ਹੈ ਸਾਰਾ ਕੁਝ ਝੂਠ ਜਿਹੜਾ ਨਾਲ ਨਹੀਂ ਜਾਣਾ, ਹੈ ਸਾਰਾ ਕੁਝ ਝੂਠ ਜਿਹੜਾ ਕਿਸੇ ਦੇ ਕੰਮ ਨਹੀਂ ਆਉਣਾ, ਲੇਕਿਨ ਉਹਨੂੰ ਆਪਣੀ ਜ਼ਿੰਦਗੀ ਦਾ ਉਹ ਟਾਸਰਾ ਤੇ ਆਧਾਰ ਬਣਾ ਕੇ ਬਹਿ ਗਿਆ। ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੇ ਦੇ ਵਾਹਨਿਆ, ਪਾਗਲ ਹੋ ਗਿਆ ਜੀ, ਇਹਨਾਂ ਚੀਜ਼ਾਂ ਦੇ ਵਾਸਤੇ ਕਾਮੀ ਕ੍ਰੋਧੀ ਵਿਕਾਰੀ ਹੋਇਆ ਫਿਰਦਾ ਤੇ ਅਸਲ ਸੰਦੇਸ਼ ਜੋ ਰੱਬ ਦੇ ਘਰ ਦਾ ਸੀ ਉਹਨੂੰ ਪੱਕੇ ਤੌਰ ਤੇ ਇਹਨੇ ਵਿਸਾਰ ਦਿੱਤਾ। ਕਾਮ ਕ੍ਰੋਧ ਅਹੰਕਾਰ ਫਿਰੇ ਦੇ ਵਾਹਨਿਆ, ਪਰ ਬਾਪੂ ਜੀ ਕਹਿੰਦੇ ਨੇ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਪਰ ਜਦੋਂ ਆ ਕੇ ਡੰਡਾ ਵੱਜਦਾ ਨਾ ਮੌਤ ਦਾ, ਫਿਰ ਪਤਾ ਲੱਗਦਾ ਕੁਛ ਨਾਲ ਨਹੀਂ ਜਾਣਾ। ਤੇ ਜਦੋਂ ਦੂਜੇ ਪਾਸੇ ਰਾਜਨੀਤਿਕ ਪੱਖ ਤੋਂ ਅਸੀਂ ਕਹਿ ਲਈਏ, ਜਿਨ੍ਹਾਂ ਦੇ ਸੋਹਲੇ ਗਾਉਂਦਾ ਉਹੀ ਆ ਕੇ ਜਦੋਂ ਡੰਡੇ ਖੜਕਾਉਂਦੇ ਨੇ ਨਾ, ਫਿਰ ਇਹਨੂੰ ਸੁਰਤ ਆਉਂਦੀ ਹੈ, ਸਮਝ ਆਉਂਦੀ ਹੈ ਤੇ ਸੋਚਦਾ ਮੇਰੇ ਤੋਂ ਤਾਂ ਬੜੀਆਂ ਵੱਡੀਆਂ ਗਲਤੀਆਂ ਹੋ ਗਈਆਂ, ਜੋ ਮੈਂ ਪਹਿਲਾਂ ਕਰ ਰਿਹਾ ਮੈਂ ਉਹਨੂੰ ਸੁਧਾਰਨਾ ਹੈ। ਅਖੀਰ 'ਚ ਬਾਪੂ ਜੀ ਕਹਿੰਦੇ ਨੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਪੂਰੇ ਗੁਰੂ ਦੀ ਅਗਵਾਈ ਨਹੀਂ ਲਈ ਇਹਨੇ। ਜੇਕਰ ਪੂਰੇ ਗੁਰੂ ਦੀ ਅਗਵਾਈ ਲਈ ਹੁੰਦੀ ਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਉਸ ਰਸਤੇ ਉੱਤੇ ਨਾ ਤੁਰਦਾ ਜਿਹੜੇ ਰਸਤੇ ਉੱਤੇ ਤੁਰ ਕੇ ਇਹਦੇ ਵਾਸਤੇ ਆਉਣ ਵਾਲੀ ਜ਼ਿੰਦਗੀ ਨਰਕ ਬਣਨੀ ਸੀ। ਛੋਟੀ ਜਿਹੀ ਇੱਕ ਸਿੱਖ ਇਤਿਹਾਸ ਦੀ ਘਟਨਾ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ, ਉਹ ਇਸ ਕਰਕੇ ਮੈਂ ਕਹਿਣ ਲੱਗਾ ਤਾਂ ਕਿ ਸਾਨੂੰ ਆਪਣਾ ਇਤਿਹਾਸ, ਆਪਣੇ ਜਰਨੈਲ ਬਜ਼ੁਰਗ ਹਮੇਸ਼ਾ ਚੇਤੇ ਰਹਿਣ। ਸਰਦਾਰ ਹਰੀ ਸਿੰਘ ਨਲੂਆ ਸਿੱਖ ਰਾਜ ਦਾ ਕਮਾਂਡਰ ਇਨ ਚੀਫ ਹੋਇਆ, ਅਸੀਂ ਸਾਰੇ ਜਾਣਦੇ ਹਾਂ। ਵਰਲਡ ਲੈਵਲ ਤੇ 12 ਜਿਹੜੇ ਜਰਨੈਲ ਮੰਨੇ ਗਏ, ਉਹਨਾਂ 12 ਜਰਨੈਲਾਂ ਤੋਂ ਸਭ ਤੋਂ ਪ੍ਰਮੁੱਖ ਤੇ ਸਭ ਤੋਂ ਵੱਡਾ ਤੇ ਮੇਨ ਲਿਸਟ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਆਉਂਦਾ। ਸਰਦਾਰ ਹਰੀ ਸਿੰਘ ਨਲੂਆ ਜੀ ਨੇ
ਪਸ਼ੌਰ ਵਰਗੇ ਇਹੋ ਜਿਹੇ ਇਲਾਕੇ ਹਿੰਦੁਸਤਾਨ ਦੇ ਵਿੱਚ ਦੁਬਾਰਾ ਫਿਰ ਸਿੱਖ ਰਾਜ ਦੇ ਵਿੱਚ ਲੈ ਆਉਂਦੇ ਸੀ, ਜਿਹੜੇ ਕਿ ਅੱਜ ਪਾਕਿਸਤਾਨ ਦੇ ਕੋਲ ਨੇ ਤੇ ਪਹਿਲਾਂ ਹਿੰਦੁਸਤਾਨ ਦੇ ਵਿੱਚ ਸੀ, ਜਿਹੜੇ ਹਜ਼ਾਰਾਂ ਸਾਲ ਪਹਿਲਾਂ ਅਫਗਾਨਿਸਤਾਨ ਤੇ ਹੋਰ ਦੇਸ਼ਾਂ ਨੇ ਪੱਕੇ ਤੌਰ ਤੇ ਗੁਲਾਮ ਕਰ ਰਹੇ ਸੀ। ਖੈਰ ਬੇਨਤੀ ਕਰਨ ਲੱਗਾ, ਸਰਦਾਰ ਹਰੀ ਸਿੰਘ ਨਲੂਏ ਦੇ ਬਾਰੇ ਵਿਚਾਰਵਾਨ ਇਹ ਗੱਲ ਲਿਖਦੇ ਨੇ, ਕਿਉਂਕਿ ਸਾਰਾ ਸਿਰਾ ਸਿੱਖਾਂ ਦੇ ਸਿਰ ਦੇ ਉੱਤੇ ਆਉਂਦਾ ਹੈ ਕਿ ਸਿੱਖਾਂ ਨੇ ਉਹਨਾਂ ਹਮਲਾਵਰਾਂ ਨੂੰ ਹੀ ਨਹੀਂ ਰੋਕਿਆ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਚੁੱਕ ਕੇ ਗਜ਼ਨੀ ਬਗਦਾਦ ਵਿੱਚ ਦੇ ਰਹੇ ਸਨ ਦਰਾ ਖੈਬਰ ਵਰਗੇ ਰਸਤੇ, ਸਗੋਂ ਹਮਲਾਵਰਾਂ ਨੂੰ ਤਾਂ ਰੋਕਿਆ ਹੀ ਰੋਕਿਆ, ਉਹਨਾਂ ਨੇ ਉਹ ਰਸਤੇ ਪੱਕੇ ਤੌਰ 'ਤੇ ਬੰਦ ਕਰ ਦਿੱਤੇ। ਜਿਹੜਾ ਜੰਮੂ ਪਿੰਡ ਹੈ ਅੱਜ ਪਾਕਿਸਤਾਨ ਦੇ ਵਿੱਚ ਹੈ, ਉੱਥੇ ਥੇਹ ਦੇ ਕੋਲ ਇੱਕ ਕਿਲ੍ਹਾ ਉਸਾਰਿਆ ਗਿਆ, ਉਹਦਾ ਨਾਂ ਪੈ ਗਿਆ ਜਮਰਾਓ ਦਾ। ਜਮਰਾਓ ਦੇ ਕਿਲ੍ਹੇ 'ਤੇ ਪੱਕੇ ਤੌਰ 'ਤੇ ਸਰਦਾਰ ਮਹਾਂ ਸਿੰਘ ਦੀ ਡਿਊਟੀ ਲਗਾ ਦਿੱਤੀ ਗਈ ਅਤੇ 800 ਘੋੜ ਸਵਾਰ ਅਤੇ ਕੁਛ ਸੈਂਕੜੇ ਦੇ ਰੂਪ ਦੇ ਵਿੱਚ ਤੋਪਾਂ ਉੱਥੇ ਰੱਖੀਆਂ ਜਾਂਦੀਆਂ ਸਨ। ਜਦੋਂ ਆਖਰੀ ਜੰਗ ਹੋਈ ਨਾ ਸਿੱਖ ਰਾਜ ਦੀ, ਮੈਂ ਸਿੱਖ ਰਾਜ ਤਾਂ ਸ਼ਬਦ ਵਰਤਣ ਲੱਗਾ ਕਿਉਂਕਿ ਸਰਦਾਰ ਹਰੀ ਸਿੰਘ ਨਲੂਏ ਦੇ ਜਾਣ ਤੋਂ ਬਾਅਦ ਸਿੱਖ ਰਾਜ ਧੀਮਾ ਪੈਂਦਾ ਰਿਹਾ ਅਤੇ ਕੋਈ ਨਵਾਂ ਇਲਾਕਾ ਉਹਦੇ 'ਚ ਸ਼ਾਮਲ ਨਹੀਂ ਕੀਤਾ ਗਿਆ। ਜਦੋਂ ਆਖਰੀ ਜੰਗ ਹੋਈ, ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਨੂੰ ਗੋਲੀ ਵੱਜ ਗਈ, ਇਹ ਸਾਰਾ ਮਨਸੂਬਾ ਡੋਗਰਿਆਂ ਦਾ ਸੀ। ਜਦੋਂ ਘੋੜੇ ਉੱਤੇ ਉਹਨਾਂ ਦੀ ਡੋਗਰੀ ਵੱਜੀ, ਗੋਲੀ ਵੱਜੀ, ਉਹਨਾਂ ਦੇ ਨਾਲ ਸਰਦਾਰ ਗੁਰਦਿਆਲ ਸਿੰਘ ਸਨ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸਨ, ਉਹਨਾਂ ਨੂੰ ਵੀ ਇੱਕ ਗੋਲੀ ਵੱਜੀ, ਉਹ ਉੱਥੇ ਸ਼ਹੀਦ ਹੋ ਗਏ। ਸਰਦਾਰ ਹਰੀ ਸਿੰਘ ਨਲੂਏ ਦੇ ਬਹੁਤ ਜ਼ੋਰ ਨਾਲ ਗੋਲੀ ਵੱਜੀ, ਜਦੋਂ ਗੋਲੀ ਵੱਜੀ ਇੱਕ ਵੱਖੀ ਵਿੱਚ ਦੂਜੀ ਛਾਤੀ ਵਿੱਚ ਵੱਜੀ, ਤਾਂ ਕਹਿੰਦੇ ਉਸ ਟਾਈਮ ਘੋੜੇ ਤੋਂ ਹੇਠਾਂ ਡਿੱਗ ਪਏ। ਇਹ ਸ਼ੇਰ ਸੂਰਮਾ ਘੋੜੇ 'ਤੇ ਦੁਬਾਰਾ ਫਿਰ ਚੜ੍ਹਨ ਲੱਗਾ, ਘੋੜੇ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇੱਕ ਬੋਲ ਬੋਲਿਆ ਜਿਹਨੂੰ ਕਾਦਰ ਯਾਰ ਹਰੀ ਸਿੰਘ ਕਾਦਰ ਯਾਰ ਨੇ ਕਲਮਬੰਦ ਕੀਤਾ ਅਤੇ ਉਹ ਬੋਲ ਬੜਾ ਸੋਹਣਾ ਸੀ। ਲੈ ਚੱਲ ਘੋੜਿਆ ਕਿਲ੍ਹੇ ਦੀ ਵੱਲ, ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ, ਗੋਲੀ ਲੱਗੀ ਏ ਕਹਿਰ ਕਲੂਰ ਵਾਲੀ, ਅੱਜ ਘਾਇਲ ਹੋਇਆ ਏ ਫਿਰ ਅਸਵਾਰ ਤੇਰਾ, ਮੇਰੇ ਬਾਂਕਿਆ ਸ਼ਹਿਰ ਸ਼ਬੀਲਿਆ ਓਏ, ਤੂੰ ਐ ਸਿਆਂ ਮੈਦਾਨਾਂ ਦਾ ਯਾਰ ਮੇਰਾ, ਕਾਦਰ ਯਾਰ ਜੇ ਲੈ ਚੱਲੇ ਅੱਜ ਡੇਰੇ ਤੇਰਾ, ਕਦੀ ਨਾ ਭੁੱਲ ਸੀ ਪਿਆਰ ਸੇਰਾ। ਇਤਿਹਾਸਕਾਰ ਕਹਿੰਦੇ ਨੇ ਘੋੜਾ ਲੈ ਗਿਆ ਕਿਲ੍ਹੇ ਦੇ ਅੰਦਰ, ਜਮਰੌਦ ਕਿਲ੍ਹੇ ਦੇ ਅੰਦਰ, ਸਰਦਾਰ ਮਹਾਂ ਸਿੰਘ ਨੇ ਦੇਖਿਆ ਸ਼ੇਰ ਬਾਂਕਾ ਜਵਾਨ ਘਾਇਲ ਹੋਇਆ ਪਿਆ ਹੈ। ਸਰਦਾਰ ਹਰੀ ਸਿੰਘ ਨਲੂਏ ਨੂੰ ਹੇਠਾਂ ਉਤਾਰਿਆ ਗਿਆ, ਮੌਤ ਨੇੜੇ ਆਈ ਜਾਣ ਕੇ ਸਿੰਘ ਸੂਰਮੇ ਨੇ ਦੋ ਚਾਰ ਗੱਲਾਂ ਕਹੀਆਂ, ਕਹਿਣ ਲੱਗੇ ਪਹਿਲਾਂ ਇੱਕ ਗੱਲ ਨੋਟ ਕਰੀ, ਮਹਾਂ ਸਿੰਘ ਡੋਲੀ ਨਾ ਰੋਈ ਨਾ ਕੁਰਲਾਈ ਨਾ, ਇਹ ਗੱਲ ਨੋਟ ਕਰੀ ਮੇਰੀ ਮੌਤ ਦੀ ਖਬਰ ਬਾਹਰ ਨਾ ਜਾਣ ਦੇਵੇ, ਜੇ ਮੇਰੀ ਮੌਤ ਦੀ ਖਬਰ ਬਾਹਰ ਫੈਲ ਗਈ ਜਿਹੜੇ ਅਫਗਾਨੀ ਨੱਠੇ ਜਾ ਰਹੇ ਦੁਬਾਰਾ ਆ ਜਾਣਗੇ। ਇੱਕ ਅਤੇ ਦੂਜੀ ਉਹਨਾਂ ਨੇ ਗੱਲ ਕਹੀ, ਇਹ ਹਮੇਸ਼ਾ ਚੇਤ ਰੱਖੀ ਖੁਦ ਚੜ੍ਹਦੀ ਕਲਾ ਵਿੱਚ ਨਹੀਂ, ਜੇ ਤੂੰ ਡੋਲ ਗਿਆ ਤਾਂ ਸਿੱਖ ਰਾਜ ਡੋਲ ਜਾਵੇਗਾ। ਉਹਨਾਂ ਨੇ ਆਖਰੀ ਟਾਈਮ ਇੱਕ ਵਾਅਦਾ ਲਿਆ ਸਰਦਾਰ ਮਹਾਂ ਸਿੰਘ ਦੇ ਕੋਲੋਂ, ਇੱਥੇ ਮੈਂ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਇਤਿਹਾਸਿਕ ਬੇਨਤੀ ਕਰ ਜਾਵਾਂ, ਉੱਥੇ ਉਹਨਾਂ ਦੇ ਜਵਾਈ ਸਰਦਾਰ ਲਹਿਣਾ ਸਿੰਘ ਵੀ ਸਨ, ਸਰਦਾਰ ਹਰੀ ਸਿੰਘ ਨਲੂਆ ਦੇ। ਉਹਨਾਂ ਨੇ ਇੱਕ ਵਾਅਦਾ ਲਿਆ, ਕਹਿੰਦੇ ਜਦੋਂ ਮੇਰਾ ਸੰਸਕਾਰ ਕੀਤਾ ਜਾਵੇ ਨਾ ਤਾਂ ਮੇਰਾ ਜਿਹੜਾ ਸਿਰ ਹੈ ਕਾਬਲ ਵੱਲ ਨੂੰ ਰੱਖਿਆ ਜਾਵੇ, ਮੇਰਾ ਮੂੰਹ ਵੱਲ ਕਾਬਲ ਰੱਖਣਾ ਜਦ ਲੰਬੂ ਲਾਉਣਾ, ਮੇਰਾ ਨਾਂ ਲੈ ਕੇ ਤੁਸਾਂ ਨੇ ਰਣਜੀਤ ਵਜਾਉਣਾ, ਮੈਂ ਨਹੀਂ ਵੈਰੀ ਤੋਂ ਸਿੱਖਿਆ ਕਦੇ ਮੂੰਹ ਭੁਆਉਣਾ, ਉਹ ਮੈਂ ਨਾਲ ਰਹਾਂਗਾ ਤੁਸਾਂ ਦੇ ਤੁਸਾਂ ਮਤ ਘਬਰਾਉਣਾ। ਸਰਦਾਰ ਹਰੀ ਸਿੰਘ ਨਲੂਆ ਜਿਸ ਦਿਨ ਸ਼ਹਾਦਤ ਦਾ ਜਾਮ ਪੀ ਕੇ ਗਏ, ਸਿੱਖ ਇਤਿਹਾਸ ਨੇ ਉਸ ਦਿਨ ਨੂੰ ਕਾਲਾ ਦਿਨ ਲਿਖਿਆ ਹੈ। ਉਸ ਦਿਨ ਤੋਂ ਬਾਅਦ ਸਿੱਖ ਰਾਜ ਵਿੱਚ ਕੋਈ ਨਵਾਂ ਇਲਾਕਾ ਨਹੀਂ ਸੀ ਜੋੜਿਆ ਗਿਆ। ਇਤਿਹਾਸਕਾਰ ਇਹ ਵੀ ਮੰਨਦੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਤਬੀਅਤ ਵੀ ਢਿੱਲੀ ਰਹਿਣ ਲੱਗ ਪਈ ਸੀ, ਇੱਕ ਟਾਈਮ ਆਇਆ ਜਦੋਂ ਅੰਗਰੇਜ਼ਾਂ ਦਾ ਡੋਗਰਿਆਂ ਦੀ ਵਜ੍ਹਾ ਕਰਕੇ ਰਾਜ ਹੋਇਆ, ਸਿੱਖ ਉਦੋਂ ਦੇ ਗੁਲਾਮ ਹੋਏ ਅੱਜ ਤੱਕ ਆਜ਼ਾਦ ਨਹੀਂ ਹੋਏ। ਅਖੀਰ 'ਚ ਬੇਨਤੀ ਕਰਨ ਲੱਗਾ, ਹਰ ਬੰਦੇ ਨੂੰ ਆਪਣਾ ਘਰ ਚਾਹੀਦਾ ਹੁੰਦਾ ਹੈ, ਆਪ ਮਿਹਨਤ ਮੁਸ਼ਕਤਾਂ ਕਰਦੇ ਰਹੋ,
ਤੇ ਗੁਰੂ ਨਾਨਕ ਦੇ ਅੱਗੇ ਅਰਦਾਸ ਬੇਨਤੀ ਕਰੋ, ਮਹਾਰਾਜ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੀ, ਅਸੀਂ ਕਿਰਾਏ ਦੇ ਘਰ ਨੂੰ ਛੱਡ ਕੇ ਕੋਈ ਆਪਣਾ ਘਰ ਨਵਾਂ ਬਣਾ ਸਕੀਏ ਤੇ ਗਦਾਰ ਜਿਹੜੇ ਸਾਡੇ ਆਗੂ ਨੇ ਉਹਨਾਂ ਤੋਂ ਸਾਡਾ ਖਹਿੜਾ ਛੁੱਟ ਸਕੇ। ਕੁਛ ਗੱਲਾਂ ਜੇਕਰ ਕੌੜੀਆਂ ਲੱਗੀਆਂ ਹੋਣ ਤੇ ਉਹਨਾਂ ਨੂੰ ਛੱਡ ਦਿਓ, ਕੁਛ ਗੱਲਾਂ ਜੇਕਰ ਤੁਹਾਡੇ ਵਾਸਤੇ ਸਾਰਥਕ ਲੱਗੀਆਂ ਹੋਣ ਤੇ ਉਹਨਾਂ ਨੂੰ ਆਪਣੀ ਝੋਲੀ ਵਿੱਚ ਪਵਾਇਓ। ਭੁੱਲ ਚੁੱਕ ਦੀ ਖਿਮਾ। ਅਖੀਰ ਵਿੱਚ ਬੜੇ ਪਿਆਰ ਸਤਿਕਾਰ ਨਾਲ ਸਾਰੇ ਗੱਜ ਵੱਜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਫਲ।